ਭਗਤ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਤਿੰਨ ਪ੍ਰਦੇਸ਼ੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਤੁਸੀਂ ਜੁੜੇ ਹੋ ਤੇ ਤੁਹਾਡੇ ਨੁਸਖੇ ਜਿਨ੍ਹਾਂ ਜਿਨ੍ਹਾਂ ਨੇ ਵੀ ਵਰਤੇ ਆ, ਮੈਂ ਬੇਨਤੀ ਉਹਨਾਂ ਨੂੰ ਸਾਰਿਆਂ ਨੂੰ ਕਰਦਾ ਕਿ ਉਹ ਜ਼ਰੂਰ ਦੱਸਣ ਕਿ ਕਿਹੋ ਜਿਹੇ ਰਿਜ਼ਲਟ ਰਹੇ ਜਿਨ੍ਹਾਂ ਨੇ ਹੁਣ ਤੱਕ ਕੋਈ ਵੀ ਨੁਸਖਾ ਵਰਤਿਆ। ਮੈਸੇਜ ਮੈਨੂੰ ਲਿਖ ਕੇ ਭੇਜ ਸਕਦੇ ਹੋ। ਤੇ ਵਹਿ ਜੀ, ਅੱਜ ਕੀ ਸਾਂਝਾ ਕਰਨਾ ਚਾਹੋਗੇ? ਅੱਜ ਉਹੀ ਮੈਡੀਕਲ ਪਲਾਂਟ ਜਿਨ੍ਹਾਂ ਬਾਰੇ ਆਪਾਂ ਗੱਲ ਕਰਨੀ ਆ, ਤੇ ਇਹ ਮੈਡੀਕਲ ਪਲਾਂਟ ਜਿਵੇਂ ਅਜਮੋਦ, ਦੇਸੀ ਅਜਵੈਣ ਜਿਹੜੀ ਆਪਾਂ ਸੁਣਦੇ ਆਮ ਘਰਾਂ ਚ, ਤੇ ਖੁਰਾਕਾਨੀ ਅਜਵੈਣ, ਇਹਨਾਂ ਦੇ ਜਿਹੜੇ ਪਲਾਂਟ ਹੁੰਦੇ ਆ ਤੇ ਇਹਨਾਂ ਤੋਂ ਜਿਹੜੀ ਆਪਾਂ ਨੂੰ ਅਜਵੈਣ ਮਿਲਦੀ ਆ, ਆਪਾਂ ਤਿੰਨ ਤਰ੍ਹਾਂ ਦੀ ਅਜਵੈਣਾਂ ਬਾਰੇ ਅੱਜ ਗੱਲ ਕਰਨੀ ਜੀ। ਤਿੰਨ ਤਰ੍ਹਾਂ ਦੀ ਅਜਵੈਣ, ਅਜਮੋਦ, ਦੇਸੀ ਅਜਵੈਣ ਤੇ ਖੁਰਾਕਾਨੀ ਅਜਵੈਣ। ਇਹ ਤਿੰਨੇ ਜਿਹੜੀਆਂ ਅਜਵੈਣਾਂ ਆਪਾਂ ਨੂੰ ਪੰਸਾਰੀ ਦੇ ਦੁਕਾਨ ਚੋਂ ਬੜੇ ਆਰਾਮ ਨਾਲ ਮਿਲ ਜਾਂਦੀ ਹੈ, ਤੇ ਇਹਨਾਂ ਤੋਂ ਬਹੁਤ ਤਰ੍ਹਾਂ ਤਰ੍ਹਾਂ ਦੇ ਨੁਸਖੇ ਆਪਾਂ ਬਣਾ ਸਕਦੇ ਹਾਂ। ਤਿੰਨਾਂ ਅਜਮੈਣਾਂ ਤੋਂ ਜਿਹੜੇ ਮੈਂ ਨੁਸਖੇ ਬਣਾਉਣੇ ਦੱਸਣੇ ਨੇ ਉਹ ਬਿਲਕੁਲ ਸੌਖੇ ਨੇ, ਤੇ ਸਭ ਤੋਂ ਬੜੀ ਗੱਲ ਹਾਨੀ ਰਹੇ ਤਾਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ। ਤੇ ਜਿਹੜੇ ਤਿੰਨੇ ਅਜਮੈਣਾਂ ਤੋਂ ਕੁਛ ਚੀਜ਼ਾਂ ਪੈ ਕੇ ਜਿਵੇਂ ਹੋਰ ਚੀਜ਼ਾਂ ਆਪਾਂ ਮਿਲਾ ਕੇ ਕੰਬੀਨੇਸ਼ਨ ਬਣਾ ਕੇ ਇੱਕ ਫਾਰਮੂਲਾ ਤਿਆਰ ਕਰਾਂਗੇ, ਉਹ ਤੁਹਾਡੇ ਸਰੋਤਿਆਂ ਦੇ ਸਾਰਿਆਂ ਦੇ ਬਹੁਤ ਜ਼ਿਆਦਾ ਕੰਮ ਆਉਣਾ ਹੈ। ਕਿਉਂਕਿ ਜਿਹੜਾ ਅੱਜ ਕੱਲ ਸਮਾਂ ਹੈ, ਇਹਦੇ ਵਿੱਚ ਹਰੇਕ ਘਰ ਵਿੱਚ ਕੋਈ ਨਾ ਕੋਈ ਮਰੀਜ਼ ਹੁੰਦਾ ਹੀ ਹੈ ਜਿਹਦੇ ਵਿੱਚ ਆਪਾਂ ਨੂੰ ਇਹੋ ਜਿਹੇ ਨੁਸਖਿਆਂ ਦੀ ਲੋੜ ਪੈ ਜਾਂਦੀ ਹੈ ਜੀ। ਹੁਣ ਸਰੋਤਿਆਂ ਨੂੰ ਮੇਰੀ ਬੇਨਤੀ ਹੈ ਵੀ ਜਿਹੜੇ ਮੇਰੇ ਨੁਸਖੇ ਹੋਣਗੇ ਤੁਸੀਂ ਸਾਰੇ ਧਿਆਨ ਨਾਲ ਸੁਣਿਓ ਜੀ, ਕਿਉਂਕਿ ਇਹ ਜਿਹੜੇ ਨੁਸਖੇ ਨੇ ਤੁਹਾਡੇ ਵੇਲੇ ਕੁ ਵੇਲੇ ਕੰਮ ਜ਼ਰੂਰ ਆਉਣਗੇ। ਹੁਣ ਇਹ ਮੈਡੀਕਲ ਪਲਾਂਟ ਜਿਵੇਂ ਆਪਾਂ ਗੱਲ ਕਰਦੇ ਹਾਂ, ਹਰੇਕ ਹਫ਼ਤੇ ਇੱਕ ਹਫ਼ਤਾ ਮੈਡੀਕਲ ਪਲਾਂਟ ਤੇ ਇੱਕ ਹਫ਼ਤਾ ਨੁਸਖਾ। ਤੇ ਹੁਣ ਜਿਹੜੇ ਮੈਡੀਕਲ ਪਲਾਂਟਾਂ ਚੋਂ ਜਿਹੜੇ ਪਲਾਂਟ ਤੈਨੂੰ ਮੈਂ ਦੱਸੇ ਨੇ, ਅਜਮੋਦ ਤੇ ਦੇਸੀ ਅਜਵੈਣ ਜਿਹੜੀ ਆਮ ਆਪਣੇ ਘਰਾਂ ਚ ਹੁੰਦੀ ਹੈ, ਤੇ ਤੀਜੀ ਹੁੰਦੀ ਹੈ ਖੁਰਾਕਾਨੀ ਅਜਵੈਣ, ਇਹਨਾਂ ਤੋਂ ਆਪਾਂ ਜਿਹੜੇ ਨੁਸਖੇ ਆਮ ਬਣਾ ਸਕਦੇ ਹਾਂ ਮੈਂ ਉਹ ਦੱਸੂਗਾ ਜੀ। ਹੁਣ ਪਹਿਲਾਂ ਆਪਾਂ ਲਈਏ ਅਜਮੋਦ, ਜਿਹੜਾ ਅਜਮੋਦ ਦਾ ਜਿਹੜਾ ਪਲਾਂਟ ਆ ਤੇ ਬਿਲਕੁਲ ਅਜਵੈਣ ਦੀ ਮਤਲਬ ਕਿਸਮ ਆ ਇੱਕ, ਤੇ ਇਹ ਆਮ ਦੇਸੀ ਅਜਵੈਣ ਨਾਲ ਥੋੜੀ ਜਿਹੀ ਮੋਟੀ ਹੁੰਦੀ ਹੈ ਜੀ, ਤੇ ਸਮੈਲ ਸੇਮ ਇਹਦੀ ਉਹੀ ਅਜਵੈਣ ਵਰਗੀ ਆ, ਤੇ ਜਿਹੜਾ ਇਹਦਾ ਬੂਟਾ ਹੁੰਦਾ ਹੈ ਇਹਨੂੰ ਪੱਤੇ ਹੁੰਦੇ ਨੇ, ਉਹ ਧਨੀਏ ਦੇ ਪੱਤੇ ਵਰਗੇ ਹੁੰਦੇ ਨੇ, ਤੇ ਚਿੱਟੇ ਫੁੱਲ ਆਉਂਦੇ ਨੇ, ਫੁੱਲਾਂ ਹੋਰ ਸੁੱਕਣ ਤੋਂ ਬਾਅਦ ਨੂੰ ਜਿਹੜਾ ਫਲ ਲੱਗਦਾ ਹੈ ਜਿਹੜਾ ਆਪਾਂ ਨੂੰ ਅਜਵੈਣ ਦੇ ਤੌਰ ਤੇ ਆਪਾਂ ਨੂੰ ਬਾਜ਼ਾਰ ਵਿੱਚ ਮਿਲਦਾ ਹੈ ਜਿਹਨੂੰ ਅਜਮੋਦ ਕਹਿ ਦਿੰਦੇ ਜੀ। ਵੈਸੇ ਤਾਂ ਅਜਵੈਣਾਂ ਤਿੰਨ ਚਾਰ ਤਰ੍ਹਾਂ ਦੀ ਹੁੰਦੀਆਂ ਨੇ, ਪਰ ਜਿਹੜੀਆਂ ਤਿੰਨ ਅਜਵੈਣਾਂ ਅਸੀਂ ਆਮ ਦੇਸੀ ਦਵਾਈਆਂ ਚ ਪਾਉਂਦੇ ਹਾਂ, ਮੈਂ ਉਹੀ ਸਰੋਤਿਆਂ ਨੂੰ ਦੱਸਣਾ ਵੀ ਤੁਸੀਂ ਨੁਸਖੇ ਕਿਹੜੇ ਕਿਹੜੇ ਬਣ ਸਕਦੇ ਨੇ। ਹੁਣ ਪਹਿਲਾਂ ਅਜਮੋਦ ਦੀ ਗੱਲ ਕਰੀਏ, ਅਜਮੋਦ ਆਪਾਂ ਕਿੱਥੇ ਕਿੱਥੇ ਕੰਮ ਕਰ ਸਕਦੇ ਆਪਾਂ ਜੀ। ਜੇ ਕਿਸੇ ਨੂੰ ਅਚਾਨਕ ਹਿਚਕੀ ਲੱਗਦੀ ਆ, ਵੀ ਰੋਟੀ ਖਾਣ ਤੋਂ ਬਾਅਦ ਹਿਚਕੀ ਲੱਗ ਜਾਂਦੀ ਆ, ਤਾਂ ਉੱਥੇ ਉਹਨਾਂ ਨੇ ਕੀ ਕਰਨਾ ਹੈ, ਅਚਾਨਕ ਹਿਚਕੀ ਲੱਗਦੀ ਆ, ਜਿਹੜੀ ਅਜਮੋਦ ਤੁਸੀਂ ਕਹਿ ਕੇ ਲੈਣੀ ਆ ਪੰਸਾਰੀ ਤੋਂ ਅਜਮੋਦ ਅਜਵੈਣ, ਤਾਂ ਤੁਸੀਂ ਕਰਨਾ ਕੀ ਆ, ਉਹਦੇ ਸਮਝੋ ਵੀ ਅੱਧਾ ਕੁ ਚਮਚਾ ਤੁਸੀਂ ਮੂੰਹ ਚ ਰੱਖ ਕੇ ਉਹਨੂੰ ਚੂਸੀ ਜਾਓ, ਚਾਹੇ ਥੋੜਾ ਜਿਹਾ ਕਾਲਾ ਨਮਕ ਮਰਾ ਦੋ, ਤੇ ਚੂਸਦੀ ਜਿਹੜੀ ਮਤਲਬ ਤੁਹਾਡੀ ਹੈਗੀ ਆ ਹਿਜਕੀ ਬੰਦ ਹੋ ਜਾਂਦੀ। ਜੇ ਕਿਸੇ ਨੂੰ ਅਚਾਨਕ ਹਿਜਕੀ ਲੱਗਦੀ ਆ ਤਾਂ ਅਜਮੋਦ ਜਿਹੜੀ ਅਜਵੈਣ ਹੁੰਦੀ ਆ, ਚਮਚੇ ਦਾ ਚੌਥਾ ਹਿੱਸਾ ਥੋੜਾ ਨਮਕ ਮਿਲਾ ਕੇ ਤੁਸੀਂ ਮੂੰਹ ਚ ਪਾ ਕੇ ਉਹਨੂੰ ਥੋੜਾ ਥੋੜਾ ਚੂਸੀ ਜਾਓ, ਥੋੜਾ ਥੋੜਾ ਚੱਬੀ ਜਾਓ, ਚੂਸਦੇ ਜਿਹੜੀ ਹੈਗੀ ਅਚਾਨਕ ਕਿਤੇ ਹਿਚਕੀ ਲੱਗਦੀ ਆ ਉਹ ਠੀਕ ਹੋ ਜਾਂਦੀ ਆ ਜੀ। ਹੁਣ ਜੇ ਕਿਸੇ ਨੂੰ ਰੋਟੀ ਤੋਂ ਬਾਅਦ ਉਲਟੀ ਆ ਜਾਂਦੀ ਆ, ਉਹ ਬੰਦਾ ਕਹਿੰਦਾ ਵੀ ਮੇਰਾ ਜਦੋਂ ਰੋਟੀ ਖਾਂਦਾ ਤਾਂ ਐਂ ਲੱਗਦਾ ਵੀ ਪੇਟ ਚ ਉਵੇਂ ਹੀ ਪਚੀ ਨੀ ਹੈਗੀ ਤੇ ਉਹੀ ਬਾਹਰ ਆ ਜਾਂਦੀ ਆ, ਉੱਥੇ ਵੀ ਅਜਵੈਣ ਨੂੰ ਆਪਾਂ ਕਿਵੇਂ ਲੈ ਸਕਦੇ ਹਾਂ। ਹੁਣ ਜੇ ਕਿਸੇ ਨੇ ਵਾਰ ਵਾਰ ਉਲਟੀ ਆਉਂਦੀ ਹੈ ਤਾਂ ਉੱਥੇ ਕੀ ਕਰਨਾ ਹੈ, ਅਜਮੋਦ ਜਿਹੜੀ ਅਜਵੈਣ ਆ ਚਮਚੇ ਦਾ ਚੌਥਾ ਹਿੱਸਾ ਸਮਝ ਲਓ ਵੀ 2 ਗ੍ਰਾਮ ਦੀ ਡੋਜ਼ ਹੋਗੀ, ਚਮਚੇ ਦਾ ਚੌਥਾ ਹਿੱਸਾ ਤੇ 2-3 ਲੌਂਗ ਲੈ ਕੇ ਕੁੱਟ ਲਓ ਦੋਹਾਂ ਨੂੰ, ਤੇ ਕੁੱਟਣ ਤੋਂ ਬਾਅਦ ਉਹਨੂੰ ਹੋ ਸਕੇ ਤਾਂ ਸ਼ਹਿਦ ਨਾਲ ਲੈ ਲਓ, ਕੁੱਟ ਲਓ ਚੰਗੀ ਤਰ੍ਹਾਂ, 3 ਕੁ ਲੌਂਗ ਹੋ ਗਏ ਤੇ ਚਮਚੇ ਦਾ ਚੌਥਾ ਹਿੱਸਾ ਜਿਹੜੀ ਅਜਮੋਦ ਅਜਵੈਣ ਹੁੰਦੀ ਆ ਉਹਦਾ ਲੈ ਕੇ ਤੁਸੀਂ ਸ਼ਹਿਦ ਨਾਲ ਚੱਕ ਲਓ, ਜਿਹੜੀ ਤੁਹਾਨੂੰ ਵਾਰ ਵਾਰ ਉਲਟੀ ਆਉਂਦੀ ਆ ਉਹ ਠੀਕ ਹੋ ਜੂ, ਕਿਉਂਕਿ ਅਜਵੈਣ ਤੇ ਲੌਂਗ ਨੇ ਤੁਹਾਡਾ ਹਾਜ਼ਮਾ ਠੀਕ ਕਰ ਦੇਣਾ ਜਿਹਦੇ ਨਾਲ ਵਾਰ ਵਾਰ ਤੁਹਾਨੂੰ ਉਲਟੀ ਲੱਗਦੀ ਹੈ। ਜੇ ਕਿਸੇ ਨੂੰ ਉਲਟੀ ਦੀ ਪ੍ਰੋਬਲਮ ਹੈ ਤਾਂ ਇਹ ਨੁਸਖਾ ਵਰਤ ਕੇ ਦੇਖਣ ਜੀ। ਹੁਣ ਕਈ ਵਾਰੀ ਸਰ ਕੀ ਹੁੰਦਾ, ਪੇਸ਼ੈਂਟ ਕਹਿੰਦਾ ਮੈਨੂੰ ਰੋਟੀ ਖਾਣ ਤੋਂ ਬਾਅਦ ਅਫਰੇਮਾ ਹੋ ਗਿਆ,
ਪੇਟ ਇਕਦਮ ਫੁੱਲ ਗਿਆ, ਉੱਥੇ ਵੀ ਆਪਾਂ ਅਜਵਾਇਣ ਦੇ ਜਿਹੜਾ ਅਜਵਾਇਣ ਦਾ ਵਰਤੋਂ ਕਰ ਸਕਦੇ ਹੋ ਉੱਥੇ ਅਜਵਾਇਣ ਦੀ। ਉੱਥੇ ਕੀ ਕਰਨਾ ਤੁਸੀਂ, ਜੇ ਐਵੇਂ ਲੱਗਦਾ ਕਿ ਰੋਟੀ ਖਾਣ ਤੋਂ ਬਾਅਦ ਪੇਟ ਭਾਰਾ ਭਾਰਾ ਹੋ ਜਾਂਦਾ ਤਾਂ ਤੁਸੀਂ ਅਜਮੋਦ ਦਾ ਘੱਟੋ ਘੱਟ ਇੱਕ ਚਮਚੇ ਤੋਂ ਉੱਪਰ ਹੋਵੇ, ਚਾਹੇ ਬੇਸ਼ਕ ਤੁਸੀਂ ਇੱਕ ਚਮਚਾ ਲੈ ਲਓ ਬਹੁਤ ਆ, ਉਹਨੂੰ ਹਲਕਾ ਹਲਕਾ ਤੁਸੀਂ ਤਵੇ ਪਰ ਭੁੰਨ ਲਓ। ਜਦੋਂ ਕਰਾਰੀ ਨਹੀਂ ਹੋਗੀ ਮਤਲਬ ਜਾਲਣੀ ਨਹੀਂ ਹੈਗੀ ਤਾਂ ਤੁਸੀਂ ਉਹਨੂੰ ਕੁੱਟ ਲਓ ਹਲਕਾ ਹਲਕਾ ਜਿਹਾ, ਕੁੱਟ ਕੇ ਉਹਦੇ ਵਿੱਚ ਗੁੜ ਮਿਲਾ ਕੇ ਤੁਸੀਂ ਉਹਨੂੰ ਖਾ ਲਓ। ਸਵੇਰੇ ਸ਼ਾਮ ਉੱਪਰ ਥੋੜਾ ਕੋਸਾ ਪਾਣੀ ਪੀ ਲਓ, ਜੇ ਹੋ ਸਕੇ ਪੁਦੀਨੇ ਦਾ ਰਸ ਮਿਲਦਾ ਤਾਂ ਬਸ ਸਭ ਤੋਂ ਬਿਹਤਰ ਆ। ਜੇ ਪੁਦੀਨੇ ਦਾ ਰਸ ਨਹੀਂ ਮਿਲਦਾ ਤਾਂ ਇਹਨੂੰ ਐਵੇਂ ਜਿਵੇਂ ਦੱਸਿਆ ਮੈਂ ਅਜਮੋਦ ਨੂੰ ਤੁਸੀਂ ਇੱਕ ਚਮਚਾ ਲੈ ਕੇ ਹਲਕਾ ਜਿਹਾ ਫਰਾਈ ਕਰੋ ਤੇ ਥੋੜਾ ਜਿਹਾ ਗੁੜ ਮਿਲਾ ਕੇ ਲੈ ਲਓ। ਜਿਨ੍ਹਾਂ ਨੂੰ ਰੋਟੀ ਤੋਂ ਬਾਅਦ ਅਫਰੇਮਾ ਹੁੰਦਾ ਉਹਨੂੰ ਲਗਾਤਾਰ 15-20 ਦਿਨ ਵਰਤ ਕੇ ਦੇਖੋ, ਤੁਹਾਡਾ ਪੇਟ ਇਹਦੇ ਨਾਲ ਹੌਲਾ ਹੋਊਗਾ, ਜਿਹੜੀ ਗੈਸ ਬਣਦੀ ਹੈ ਉਹ ਨਹੀਂ ਬਣੂਗੀ ਤੇ ਹਜ਼ਮ ਵੀ ਪੂਰੇ ਸਹੀ ਤਰੀਕੇ ਨਾਲ ਹੋਊ। ਤੇ ਹੁਣ ਇੱਕ ਹੋਰ ਸਮੱਸਿਆ ਆਉਂਦੀ ਹੈ ਵੀ ਕੋਈ ਕਹਿੰਦਾ ਮੈਨੂੰ ਵੀ ਰੋਟੀ ਖਾਣ ਤੋਂ ਬਾਅਦ ਦਰਦ ਹੁੰਦਾ ਪੇਟ ਚ, ਅਚਾਨਕ ਇੰਨਾ ਤੇਜ਼ ਦਰਦ ਹੁੰਦਾ ਤਾਂ ਉੱਥੇ ਵੀ ਇਹੀ ਗੱਲ ਹੁੰਦੀ ਹੈ ਵੀ ਅੰਤਰੇ ਚ ਖੁਸ਼ਕੀ ਹੁੰਦੀ ਆ, ਅੰਤਰੇ ਵਿੱਚ ਸਵੈਲਿੰਗ ਹੁੰਦੀ ਆ ਜਾਂ ਗੈਸ ਤੇਜ਼ਾਬ ਹੁੰਦਾ ਹੁੰਦਾ। ਉੱਥੇ ਵੀ ਤੁਸੀਂ ਅਜਵਾਇਣ ਜਿਹੜੀ ਹੈਗੀ ਆ ਉਹ ਅੱਧਾ ਕੁ ਚਮਚਾ ਲੈ ਕੇ ਉਹਨੂੰ ਕੁੱਟ ਕੇ ਉਹਦੇ ਵਿੱਚ ਥੋੜਾ ਜਿਹਾ ਕਾਲਾ ਨਮਕ ਪਾ ਕੇ ਤੇ ਥੋੜੀ ਸੌਂਫ ਮਿਲਾ ਕੇ ਤੇ ਚਮਚੇ ਦਾ ਚੌਥਾ ਕਿੱਸਾ ਸੌਂਫ ਦਾ ਲੈ ਲਓ, ਹਲਕਾ ਜਿਹਾ ਕਾਲਾ ਨਮਕ ਪਾਓ ਤੇ ਅੱਧਾ ਚਮਚਾ ਹੋ ਗਿਆ ਜਿਹੜੀ ਅਜਮੋਦ ਅਜਵਾਇਣ ਆ, ਲੈ ਕੇ ਪੱਕੀ ਲੈ ਲਓ ਜਿਵੇਂ ਆਪਾਂ ਪੱਕੀ ਲੈਂਦੇ ਹਾਂ, ਉੱਪਰੋਂ ਗਰਮ ਪਾਣੀ ਪੀ ਲਓ। ਜਿਨ੍ਹਾਂ ਦਾ ਕਿਤੇ ਅਚਾਨਕ ਪੇਟ ਦਰਦ ਹੁੰਦਾ ਕਈ ਵਾਰ ਬੱਚੇ ਵੀ ਕਹਿਣ ਲੱਗ ਜਾਂਦੇ ਆ ਤਾਂ ਤੁਸੀਂ ਉਹਤੋਂ ਅੱਧੀ ਡੋਜ਼ ਦੇ ਦਿਓ, ਸਵੇਰੇ ਸ਼ਾਮ ਖਿਲਾ ਦਿਓ ਤੇ ਬਾਕੀ ਚਾਹ ਖੱਟੀ ਤਰ੍ਹਾਂ ਚੀਜ਼ ਬੰਦ ਰੱਖੋ। ਹੌਲੀ ਹੌਲੀ ਕਰਨ ਤੁਹਾਡਾ ਪੇਟ ਦਾ ਦਰਦ ਕਿਤੇ ਅਚਾਨਕ ਉਸਦਾ ਤਾਂ ਪੇਟ ਦਾ ਦਰਦ ਵੀ ਇਹਦੇ ਨਾਲ ਠੀਕ ਹੋ ਜਾਂਦਾ। ਤੇ ਹੁਣ ਜੇ ਕਿਸੇ ਨੂੰ ਪੱਥਰੀ ਹੋਵੇ, ਗੁਰਦੇ ਦੀ ਪੱਥਰੀ ਆ ਪਰ ਹੈ ਛੋਟੀ, ਬੜਾ ਗਾਰ ਨਾ ਹੋਵੇ, ਛੋਟੀ ਪੱਥਰੀ ਹੋਵੇ, ਉੱਥੇ ਅਜਵਾਇਣ ਦਾ ਜਿਹੜਾ ਇਹ ਨੁਸਖਾ ਮੈਂ ਦੱਸਣ ਲੱਗਿਆ ਕੰਮ ਆਊਗਾ ਤੁਹਾਡੇ। ਉੱਥੇ ਕੀ ਕਰਨਾ ਤੁਸੀਂ, 1.5 ਗ੍ਰਾਮ ਦੀ ਡੋਜ਼ ਹੋਵੇ, 2 ਗ੍ਰਾਮ ਜਾਂ 1.5 ਗ੍ਰਾਮ ਅਜਵਾਇਣ ਲੈ ਲੈਣੀ ਆ ਤੇ ਉਹਨੂੰ ਕੁੱਟ ਲੈਣਾ। ਵੈਸੇ ਤੁਸੀਂ 100 ਕੁ ਗ੍ਰਾਮ ਅਜਵਾਇਣ ਲੈ ਲਓ, ਉਹਨੂੰ ਇਕੱਠੀ ਇੱਕ ਵਾਰ ਤੁਸੀਂ ਗ੍ਰਾਇੰਡ ਕਰ ਲਓ ਤੇ ਉਹਦਾ ਚਮਚੇ ਦਾ ਜਦੋਂ ਚੌਥਾ ਕਿੱਸਾ ਜਾਂ ਅੱਧਾ ਕੁ ਚਮਚਾ ਲੈ ਕੇ ਉਹਦੇ ਵਿੱਚ ਤੁਸੀਂ ਇੱਕ ਜੌਂ ਖਾਰ ਮਿਲ ਜਾਂਦਾ ਬਾਜ਼ਾਰ ਤੋਂ ਪਨਸਾਰੀਆਂ ਤੋਂ ਜੌਂ ਖਾਰ ਪਾਊਡਰ ਬਣਾ ਲਓ ਤੇ ਅਜਵਾਇਣ ਦਾ ਜਿਹੜੀ ਅਜਮੋਦ ਆ ਉਹਦਾ ਪਾਊਡਰ ਬਣਾ ਕੇ ਰੱਖ ਲਓ। ਚੌਥਾ ਹਿੱਸਾ ਅਜਵਾਇਣ ਦਾ ਹੋ ਗਿਆ ਤੇ ਚੌਥਾ ਹਿੱਸਾ ਚਮਚੇ ਦਾ ਹੋ ਗਿਆ ਤੇ ਜਿਹੜਾ ਜੌਂ ਖਾਰ ਆ ਮਿਲਾ ਕੇ ਤੁਸੀਂ ਲੈ ਲਓ ਪਾਣੀ ਨਾਲ। ਉੱਪਰੋਂ ਹੋ ਸਕੇ ਤਾਂ ਜਿਹੜਾ ਮੂਲੀ ਦਾ ਕੋਈ ਮੂਲੀ ਹੋਵੇ ਤਾਜ਼ੀ ਤੇ ਉਹਦਾ ਰਸ ਕੱਢ ਕੇ ਤੁਸੀਂ 2-4 ਚਮਚੇ ਉਹਦੇ ਨਾਲ ਪੀ ਦੋ। ਜਿਹੜੀ ਛੋਟੀ ਪੱਥਰੀ ਹੈ ਕਿਸੇ ਨੂੰ ਲਾ ਲਓ ਵੀ 2 mm 3 mm ਉਹ ਪੱਥਰੀ ਇਹਦੇ ਨਾਲ ਲਗਾਤਾਰ ਜੇ ਤੁਸੀਂ ਮਹੀਨਾ ਕੁ ਵਰਤ ਰਹੇ ਆ ਤਾਂ ਪੱਥਰੀ ਗੁਰਦੇ ਦੀ ਇਹਦੇ ਨਾਲ ਖਤਮ ਹੋ ਸਕਦੀ ਹੈ ਜੇ ਕਿਸੇ ਨੂੰ ਪੱਥਰੀ ਦੀ ਸ਼ਿਕਾਇਤ ਹੋਵੇ। ਪਰ ਹੁਣ ਗਠੀਏ ਦੇ ਮਰੀਜ਼ ਬਹੁਤ ਜ਼ਿਆਦਾ ਹੋਏ ਨੇ ਤੇ ਗਠੀਏ ਦੇ ਮਰੀਜ਼ ਜਿਹੜੇ ਹੈਗੇ ਉਹਨਾਂ ਵਾਸਤੇ ਜਿਹੜਾ ਮੈਂ ਹੁਣ ਫਾਰਮੂਲਾ ਦੱਸਣਾ ਹੈ ਇਸੇ ਅਜਵਾਇਣ ਤੋਂ ਬਣਦਾ। ਉੱਥੇ ਕੀ ਕਰਨਾ ਤੁਸੀਂ, 5-7 ਚੀਜ਼ਾਂ ਜਿਹੜੀਆਂ ਤੁਸੀਂ ਵਰਤਣੀਆਂ ਜਿਹੜੀਆਂ ਨੁਸਖੇ ਚ ਪੈਣੀਆਂ, ਸਾਰੀਆਂ ਚੀਜ਼ਾਂ ਮੈਂ ਬੜੇ ਆਰਾਮ ਨਾਲ ਕੱਲੀ ਕੱਲੀ ਚੀਜ਼ ਬਣਾਊਂਗਾ, ਸਾਰੀਆਂ ਨੋਟ ਕਰ ਦਿਓ ਜਿਹਨਾਂ ਨੂੰ ਗਠੀਏ ਦੀ ਪ੍ਰੋਬਲਮ ਆ। ਇੱਕ ਵਾਰ ਨੁਸਖਾ ਵਰਤ ਕੇ ਦੇਖ ਲਿਓ, ਪੱਕਾ 100% ਆਰਾਮ ਆਊਗਾ ਉਹਨਾਂ ਨੂੰ। ਅਜਮੋਦ ਹੋ ਗਈ, ਬਾਇਵਰਿੰਗ, ਦੇਵ ਦਾਰੂ, ਇੱਕ ਜੜੀ ਬੂਟੀ ਆ ਇਹ, ਇਹਦਾ ਦਰਖਤ ਦੀ ਛਿੱਲ ਹੁੰਦੀ ਹੈ, ਦੇਵਦਾਰੂ, ਚਿਤਰਕ, ਪਿਪਰਾਮੂਲ, ਸੌਂਫ, ਛੋਟੀਆਂ ਮਗਾਂ ਤੇ ਕਾਲੀ ਮਿਰਚ, ਹਰੜ, ਇਹ ਸਾਰੀਆਂ ਚੀਜ਼ਾਂ 10-10 ਗ੍ਰਾਮ। ਅਜਮੋਦ, ਬੈਵਰਿੰਗ, ਦੇਵਦਾਰੂ, ਚਿਤਰਕ, ਪਿਪਰਾਮੂਲ, ਸੌਂਫ ਤੇ ਛੋਟੀਆਂ ਮਗਾਂ, ਕਾਲੀ ਮਿਰਚ ਤੇ ਹਰੜ, ਇਹ ਸਾਰੀਆਂ ਚਾਹੀਦੀਆਂ ਆਪਾਂ ਨੂੰ 10-10 ਗ੍ਰਾਮ। ਪਾਊਡਰ ਕੁੱਟ ਕੇ ਪਾਊਡਰ ਬਣਾ ਲਓ ਤੇ ਇੱਕ ਹੋਰ ਜੜੀ ਬੂਟੀ ਚਾਹੀਦੀ ਆਪਾਂ ਨੂੰ 100 ਗ੍ਰਾਮ ਚਾਹੀਦੀ ਆ, ਵਿਧਾਰਾ ਜੜੀ ਬੂਟੀ ਆ, ਆਪਾਂ ਨੂੰ ਇਹ ਚਾਹੀਦੀ ਆ 100 ਗ੍ਰਾਮ ਤੇ 100 ਗ੍ਰਾਮ ਦੀ ਪਾਉਣੀ ਆ ਸੁੰਡ। ਸਾਰੀਆਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਰੱਖ ਲਓ, ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਸ਼ਾਮ ਨੂੰ ਗੁੜ ਵਿੱਚ ਮਿਲਾ ਕੇ ਲੈਣਾ। ਜਿਵੇਂ ਅੱਧਾ ਚਮਚਾ ਹੋ ਗਿਆ, ਥੋੜਾ ਜਿਹਾ ਗੁੜ ਲਿੱਤਾ ਤੇ ਉਹਦੇ ਚ ਲਪੇਟ ਕੇ ਉਹਨੂੰ ਸਵੇਰੇ ਦੁਪਹਿਰੇ ਸ਼ਾਮ ਤਿੰਨੇ ਟਾਈਮ ਗਰਮ ਪਾਣੀ ਨਾਲ ਖਾਣਾ। ਜਿੰਨੀਆਂ ਵੀ ਖੱਟੀ ਤਲੀ ਚੀਜ਼ਾਂ ਜਾਂ ਠੰਡੀਆਂ ਚੀਜ਼ਾਂ ਉਹਨਾਂ ਦਾ ਪਰਹੇਜ਼ ਰੱਖਣਾ। ਤੁਸੀਂ ਇਹਨੂੰ
फार्मूले नूं 15 दिन वरतो। 15 दिन विच जिहड़े जोड़ां विच दर्द हुंदा है, सोज आउंदी आ, या गठी दी मरीज नूं बहुत ज्यादा तकलीफ रहिंदी आ, 15 कु दिन च रिलीफ मिलना शुरू हो जाणा है। ते हौली हौली गठिए नूं इहदे विच जे लगातार खाधी ते लगातार सही तरीके नाल तुसीं खाणा सही रखिया, खुराक सही खाधी, परहेज रखे, तां गठिए तों छुटकारा मिल सकदा है। इह देसी क्योंकि अजमैन सब नूं पता है भी वायवादी वास्ते हुंदी है, आम पहला भी बुजुर्ग उहनूं फुक्की मार के खा लैंदे थे। आम अजकल अजमैन घरां च हुंदी आ, जिहड़े आम शौंकी हुंदिया नुस्खे बनाउण दे, उहनां दे अजमैन पक्का, अजमैन सौंफ जीरा तां आम ही घरां च पिया हुंदा। ए जिहड़ा पहला अपना हिस्सा सी इह सी अजमोद अजमैन उहदे बारे। हुण जिहड़ा दूजा अपना भाग आ ਉਹਦਾ ਜ਼ਿਕਰ ਕਰਾਂਗੇ ਆਪਾਂ ਦੇਸੀ ਅਜਵਾਇਣ ਬਾਰੇ। ਜਿਹੜੀ ਦੇਸੀ ਅਜਵਾਇਣ ਬਾਰੇ ਤਾਂ ਸਾਰੇ ਜਾਣੂ ਨੇ, ਖਾਸ ਕਰ ਦੇਸੀ ਅਜਵਾਇਣ ਹੀ ਘਰਾਂ ਚ ਹੁੰਦੀ, ਜਿਹੜੀ ਵੀ ਆਪਾਂ ਮੁੱਲ ਖਰੀਦਦੇ ਹਾਂ ਉਹ ਦੇਸੀ ਅਜਵਾਇਣ ਹੁੰਦੀ ਆ। ਅਜਮੋਦ, ਖੁਰਾਸਾਨੀ ਇਹ ਆਪਾਂ ਘੱਟ ਯੂਜ ਕਰਦੇ ਹਾਂ। ਅਜਮੋਦ ਬਾਰੇ ਮੈਂ ਦੱਸੀ ਆ, ਤੇ ਹੁਣ ਆਪਾਂ ਨੇ ਗੱਲ ਕਰਨੀ ਆ ਦੇਸੀ ਅਜਵਾਇਣ ਬਾਰੇ। ਹੁਣ ਕਿਸੇ ਨੂੰ ਖਾਂਸੀ ਰਹਿੰਦੀ ਆ, ਖਾਂਸੀ ਵਾਸਤੇ ਕੀ ਕਰਨਾ, ਤੁਸੀਂ ਅਜਵਾਇਣ ਭੁੰਨ ਲੈਣੀ ਆ, ਤੇ ਘੱਟੋ ਘੱਟ 1 ਗ੍ਰਾਮ ਅਜਵਾਇਣ ਹੋਵੇ, ਭਾਵ ਦੀ ਚਮਚੇ ਦਾ ਚੌਥਾ ਹਿੱਸੇ ਤੋਂ ਵੀ ਘੱਟ। ਤੁਸੀਂ ਅਜਵਾਇਣ ਕੀ ਕਰਨਾ, ਪਾਊਡਰ ਬਣਾ ਲਿਆ, ਇਹਦੇ ਵਿਚ ਥੋੜੀ ਜਿਹੀ ਮੁਲੱਠੀ ਪਾ ਲਈ, ਮੁਲੱਠੀ ਦਾ ਚੂਰਨ ਪਾ ਲਿਆ ਅੱਧੇ ਚਮਚੇ ਤੋਂ ਘੱਟ, ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਸ਼ਹਿਦ ਨਾਲ ਸਵੇਰੇ ਸ਼ਾਮ ਖਾਓ, ਤੇ ਜਿੰਨੀਆਂ ਵੀ ਖੱਟੀਆਂ ਤਲੀ ਚੀਜ਼ਾਂ ਹੈ, ਅਚਾਰ ਵਗੈਰਾ, ਠੰਡੀਆਂ ਚੀਜ਼ਾਂ ਦਾ ਪਰਹੇਜ਼ ਕਰੋ। ਜਿਨ੍ਹਾਂ ਨੂੰ ਪੁਰਾਣੀ ਖਾਂਸੀ ਆ, ਵਾਰ ਵਾਰ ਖਾਂਸੀ, ਜਿਨ੍ਹਾਂ ਨੂੰ ਮਾੜਾ ਜਿਹਾ ਕੁਛ ਖਾਧਾ ਪੀਤਾ ਤਾਂ ਖਾਂਸੀ ਐਲਰਜੀ ਹੋ ਜਾਂਦੀ ਆ, ਉਹਨਾਂ ਵਾਸਤੇ ਜਿਹੜੀ ਅਜਮੈਣ ਤੇ ਮੁਲੱਠੀ ਬਹੁਤ ਜ਼ਿਆਦਾ ਕੰਮ ਦਊਗੀ, ਜਿਨ੍ਹਾਂ ਨੂੰ ਕਿਸੇ ਖਾਂਸੀ ਰਹਿੰਦੀ ਆ। ਜਿਨ੍ਹਾਂ ਨੂੰ ਬਲਗਮ ਵਿਚ ਬਹੁਤ ਜ਼ਿਆਦਾ ਸਮੈਲ ਆਉਂਦੀ ਆ, ਭਾਵ ਗਾੜੀ ਗਾੜੀ ਬਲਗਮ ਆਉਂਦੀ ਆ, ਛਾਤੀ ਵਿਚ ਬਲਗਮ ਬਣਦੀ ਰਹਿੰਦੀ ਆ, ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਅਜਵਾਇਣ ਜਿਹੜੀ ਦੇਸੀ ਅਜਵਾਇਣ 50 ਕੁ ਗ੍ਰਾਮ ਉਹ ਲੈ ਲਿਓ, ਤੇ 25 ਗ੍ਰਾਮ ਉਹਦੇ ਚ ਲੌਂਗ ਪਾਉਣੇ ਨੇ, ਤੇ ਉਹਦੇ ਵਿਚ ਸੁੰਡ ਪਾਉਣੀ ਹੈ ਤੁਸੀਂ 10 ਗ੍ਰਾਮ, ਤੇ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾ ਕੇ ਰੱਖ ਲਓ। ਜਿਨ੍ਹਾਂ ਨੂੰ ਜ਼ਿਆਦਾ ਬਲਗਮ ਨਿਕਲਦੀ ਆ ਜਾਂ ਬਲਗਮ ਚ ਸਮੈਲ ਆਉਂਦੀ ਆ, ਉਹ ਇਹਦਾ ਮਤਲਬ ਅੱਧਾ ਅੱਧਾ ਚਮਚਾ ਸ਼ਹਿਦ ਵਿਚ ਮਿਲਾ ਕੇ ਸਵੇਰੇ ਸ਼ਾਮ ਲਾਓ, ਤੇ ਨਾਲ ਹੋ ਸਕੇ ਜਿੰਨਾ ਪਰਹੇਜ਼ ਕਰ ਸਕਦੇ ਹੋ ਕਰਕੇ ਦੇਖੋ, ਤੇ ਗਰਮ ਪਾਣੀ ਪੀਣ ਦੀ ਕੋਸ਼ਿਸ਼ ਕਰੋ। ਜਿਹੜੀ ਛਾਤੀ ਚ ਵਾਰ ਵਾਰ ਬਲਗਮ ਹੁੰਦੀ ਆ, ਬਲਗਮ 15 ਦਿਨ ਚ ਬਿਲਕੁਲ ਪਿਓਰ ਹੋਜੂਗੀ, ਤੇ ਲਗਾਤਾਰ ਜਦੋਂ ਤੱਕ ਤੁਸੀਂ ਬਿਲਕੁਲ ਠੀਕ ਨੀ ਹੁੰਦੇ ਇਹ ਨੁਸਖੇ ਨੂੰ ਅਜਮਾ ਲਓ, ਤੇ ਹੌਲੀ ਹੌਲੀ ਜਿਹੜੀ ਬਲਗਮ ਵਾਰ ਵਾਰ ਤੁਹਾਡੇ ਬਣਦੀ ਆ ਉਹ ਬਿਲਕੁਲ ਸਾਫ਼ ਹੋਜੂ। ਤੇ ਹੁਣ ਬਾਈ ਚਾਂਸ ਘਰਾਂ ਦੇ ਬੱਚਿਆਂ ਦੇ ਸਿਰ ਵਿਚ ਜੂਆਂ ਪੈ ਜਾਂਦੀਆਂ, ਤੇ ਇਹ ਸਮੱਸਿਆ ਕਰਕੇ ਕਈ ਵਾਰੀ ਬੱਚੇ ਦੇ ਮਾਂ ਬਾਪ ਬਹੁਤ ਪਰੇਸ਼ਾਨ ਹੋ ਜਾਂਦੇ, ਕਿਉਂਕਿ ਜਦੋਂ ਬੱਚੇ ਦੇ ਸਿਰ ਤੇ ਜੂਆਂ ਹੁੰਦੀਆਂ ਤਾਂ ਅਜੀਬ ਜਿਹਾ ਮਹਿਸੂਸ ਹੁੰਦਾ। ਜਿਨ੍ਹਾਂ ਦੇ ਘਰ ਕਿਸੇ ਬੱਚੇ ਦੇ ਜੂਆਂ ਪੈ ਜਾਂਦੀਆਂ, ਕੋਸ਼ਿਸ਼ ਕਰੋ ਵੀ ਤੁਸੀਂ ਜਿਹੜਾ ਮਾਰਕੀਟ ਵਿਚ ਕੋਈ ਕੈਮੀਕਲ ਵਾਲੀ ਕੋਈ ਪ੍ਰੋਡਕਟ ਲਿਆਉਂਦੇ ਆ ਉਹਦੇ ਨਾਲ ਇੱਕ ਵਾਰੀ ਇਹ ਦੇਸੀ ਨੁਸਖੇ ਨੂੰ ਵਰਤ ਕੇ ਦੇਖੋ। ਕਰਨਾ ਕੀ ਹੈ, ਤੁਸੀਂ 10 ਗ੍ਰਾਮ ਜਿਹੜਾ ਅਜਵਾਇਣ ਦਾ ਚੂਰਨ ਪਾਊਡਰ ਬਣਾ ਲੈਣਾ, ਤੇ ਉਹਦੇ ਵਿਚ 5 ਗ੍ਰਾਮ ਮਿਲਾ ਲੈਣੇ ਤੁਸੀਂ ਫਟਕੜੀ, ਜਿਹੜੀ ਫਿਟਕੜੀ ਹੁੰਦੀ ਹੈ 5 ਗ੍ਰਾਮ ਫਿਟਕੜੀ ਹੋ ਗਈ, ਤੇ 10 ਗ੍ਰਾਮ ਹੋ ਗਿਆ ਅਜਵਾਇਣ ਦਾ ਬਿਲਕੁਲ ਬਰੀਕ ਕੀਤਾ ਹੋਇਆ ਚੂਰਨ, ਮਿਕਸ ਕਰਕੇ ਰੱਖ ਲਓ, ਚਾਹੇ ਤੁਸੀਂ ਉਹਨੂੰ ਲੱਸੀ ਚ ਮਿਲਾ ਲਓ, ਚਾਹੇ ਤੁਸੀਂ ਉਹਨੂੰ ਦਹੀਂ ਚ ਮਿਲਾ ਲਓ ਆਪਣੇ ਨਾਲ ਆਪਾਂ ਸ਼ਾਮਲ ਕਰ ਲਈਏ। ਹਾਂਜੀ ਸਵਾਗਤ, ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮੈਂ ਸਿਡਨੀ ਤੋਂ ਬੋਲਦਾ ਜੀ। ਜੀ ਬਾਈ ਜੀ, ਹਾਂਜੀ, ਉਹ ਮੈਂ ਨਾ ਆਪਣੇ ਮੇਰੇ ਚਾਚੇ ਜੀ ਹੈ ਜੀ, ਜਿੱਦਾਂ ਜੀ ਉਹਨਾਂ ਨੂੰ ਥਾਇਰਾਇਡ ਦੀ ਪ੍ਰੋਬਲਮ ਆ ਜੀ, ਉਹਨਾਂ ਦਾ ਵੇਟ ਘੱਟ ਰਿਹਾ ਜੀ ਬਹੁਤ ਜ਼ਿਆਦਾ, ਇਸ ਕਰਕੇ ਮੈਂ ਪੁੱਛਣਾ ਚਾਹੁੰਦਾ ਸੀ ਕੋਈ ਘਰੇਲੂ ਨੁਕਤਾ ਹੋ ਜਾ ਜ਼ਰੂਰ ਦੱਸੋ। ਠੀਕ ਆ ਬਾਈ ਜੀ, ਉਮਰ 50 ਸਾਲ ਆ ਜੀ। ਜੀ ਸੁਣੋ ਜੀ, ਥਾਇਰਾਇਡ, ਹੁਣ ਜੇ ਥਾਇਰਾਇਡ ਜਿਹੜਾ ਵਜ਼ਨ ਘੱਟਦਾ ਹੈ ਉਹਦੇ ਵਿਚ ਨਾਲ ਪਹਿਲੀ ਗੱਲ ਤਾਂ ਖੁਰਾਕ ਫਰੂਟ ਵਗੈਰਾ ਜਿਹੜੀਆਂ ਹਰੀਆਂ ਸਬਜ਼ੀਆਂ ਉਹ ਵੀ ਜ਼ਰੂਰ ਨਾਲ ਆਪਾਂ ਨੂੰ ਵਧਾਉਣੀਆਂ ਚਾਹੀਦੀ। ਤੇ ਪਹਿਲੀ ਗੱਲ ਜਿਹੜਾ ਨੁਸਖਾ ਦੱਸਣ ਤੋਂ ਪਹਿਲਾਂ ਮੈਂ ਇੱਕ ਥੋੜੀ ਰਿਕੁਐਸਟ ਕਰਦਾ ਵੀ
ਦਵਾਈ ਜਿਹੜੀ ਚੱਲਦੀ ਹੈ ਗੋਲੀ ਕਿਸੇ ਕਿਸਮ ਦੀ ਚੱਲਦੀ ਹੈ ਥਾਇਰਾਇਡ ਦੀ ਉਹ ਇਕਦਮ ਛੱਡਣੀ ਨਹੀਂ ਹੈਗੀ। ਇਹ ਫਾਰਮੂਲਾ ਵੀ ਵਰਤਣਾ ਤੇ ਨਾਲ ਉਹ ਥਾਇਰਾਇਡ ਦੀ ਗੋਲੀ ਵੀ ਵਰਤਣੀ ਹੈ। ਜਦੋਂ ਤੁਹਾਨੂੰ ਲੱਗਦਾ ਹੈ ਕਿ ਉਹ ਥਾਇਰਾਇਡ ਸਹੀ ਨਾਰਮਲ ਰਹਿਣ ਲੱਗ ਗਿਆ ਫਿਰ ਤੁਸੀਂ ਗੋਲੀ ਬੰਦ ਕਰ ਸਕਦੇ। ਫਿਰ ਜਿਹੜਾ ਨੁਸਖਾ ਹੈ ਇਹਨੂੰ ਲਗਾਤਾਰ ਵਰਤੋ ਤੇ ਇਹਦੇ ਨਾਲ ਥਾਇਰਾਇਡ ਤੁਹਾਡਾ ਕਿਉਰ ਹੋ ਜਾਊਗਾ। ਚੀਜ਼ਾਂ ਕੀ ਆ, ਇੱਕ ਤਾਂ ਤੁਸੀਂ ਸੁੰਡ ਲੈਣੀ ਹੈ ਵਧੀਆ ਸੁੰਡ, ਮਗਾ ਕਾਲੀਆਂ ਮਿਰਚਾਂ, ਇਹ ਤਿੰਨੇ ਚੀਜ਼ਾਂ 50-50 ਗ੍ਰਾਮ, ਸੁੰਡ ਮਗਾ ਤੇ ਕਾਲੀਆਂ ਮਿਰਚਾਂ 50-50 ਗ੍ਰਾਮ ਦੇ ਕੇ ਇਹਦਾ ਪਾਊਡਰ ਬਣਾ ਲੈਣਾ। ਫਿਰ ਇੱਕ ਬੇਹੜਾ, ਇਹ ਬੇਹੜਾ ਇੱਕ ਪਾਲ ਹੁੰਦਾ ਜਿਹੜਾ ਤਰੀਫੜੇ ਵਿੱਚ ਪੈਂਦਾ, ਤਰੀਫੜਾ ਚੂਟ ਤੁਸੀਂ ਬੇਹੜਾ ਫੜ ਲੈ ਕੇ ਪੀਸ ਕੇ 25 ਗ੍ਰਾਮ ਉਹ ਇਹਦੇ ਵਿੱਚ ਮਿਲਾ ਲੈਣਾ। ਸੁੰਡ ਮਗਾ ਕਾਲੀਆਂ ਮਿਰਚਾਂ 50-50 ਗ੍ਰਾਮ, ਬਿਹੜਾ 25 ਗ੍ਰਾਮ, ਪਾਊਡਰ ਬਣਾ ਕੇ ਰੱਖ ਲੋ। ਬਿਲਕੁਲ ਪਾਊਡਰ ਬਣਾ ਕੇ, ਮਹੀਨ ਪਾਊਡਰ ਹੋਵੇ, ਜਿੰਨਾ ਬਰੀਕ ਹੋਊਗਾ ਓਨਾ ਹੀ ਜ਼ਿਆਦਾ ਰਿਜ਼ਲਟ ਮਿਲੂ। ਤੇ ਦੋ ਚੀਜ਼ਾਂ ਜਿਹੜੀਆਂ ਤੁਸੀਂ ਮਾਰਕੀਟ ਚੋਂ ਲੈਣੀਆਂ ਤੁਹਾਨੂੰ ਬੜੇ ਆਰਾਮ ਨਾਲ ਮਿਲ ਜਾਣੀਆਂ, ਉਹ ਆ ਇੱਕ ਤਾਂ ਭਸਮ ਆ ਜੀ, ਗੋਦੰਤੀ ਭਸਮ, ਗੋਦੰਤੀ ਭਸਮ 10 ਗ੍ਰਾਮ ਤੇ ਪਰਵਾਲ ਪਿਸਤੀ 10 ਗ੍ਰਾਮ। ਇਹ ਸਾਰੀਆਂ ਚੀਜ਼ਾਂ ਤੁਸੀਂ ਮਿਕਸ ਕਰ ਲੈਣੀਆਂ, ਜਿੰਨੀਆਂ ਚੰਗੀ ਤਰ੍ਹਾਂ ਮਿਕਸ ਹੋਣਗੀਆਂ ਓਨਾ ਫਾਰਮੂਲਾ ਵਧੀਆ ਬਣੂਗਾ। ਤੇ ਪੰਚੇ ਦਾ ਤੁਸੀਂ ਚੌਥਾ ਹਿੱਸਾ ਸਵੇਰੇ ਤੇ ਸ਼ਾਮ ਨੂੰ ਸ਼ਹਿਦ ਨਾਲ ਲੈਣਾ ਤੇ ਨਾਲ ਉਹਨਾਂ ਨੂੰ ਜੇ ਉਹਨਾਂ ਦਾ ਵੇਟ ਘਟਦਾ ਤਾਂ ਉਹਨਾਂ ਨੂੰ ਅਸ਼ਵਗੰਧਾ ਚੂਰਨ, ਵਧੀਆ ਕੰਪਨੀ ਦਾ ਅਸ਼ਵਗੰਧਾ ਚੂਰਨ, ਚਮਚਾ ਸਵੇਰੇ ਤੇ ਚਮਚਾ ਸ਼ਾਮ ਨੂੰ ਇਹ ਦੇਣਾ। ਤੇ ਨਾਲ ਤੁਸੀਂ ਜਿਹੜਾ ਮੈਂ ਫਾਰਮੂਲਾ ਦੱਸਿਆ ਇਹ ਉਹਨਾਂ ਨੂੰ ਲਗਾਤਾਰ ਤੁਸੀਂ 2 ਮਹੀਨੇ ਵਰਤੋ। 2 ਮਹੀਨੇ ਚ ਦੱਸਿਆ ਵੀ ਥਾਇਰਾਇਡ ਘਟਣਾ ਸ਼ੁਰੂ ਹੋ ਗਿਆ, ਫਿਰ ਤੁਸੀਂ ਜਿਹੜੀ ਗੋਲੀ ਆ ਉਹਨੂੰ ਹੌਲੀ ਹੌਲੀ ਬੰਦ ਕਰ ਦੋ। ਉਹਦਾ ਮਗਰੋਂ ਇਹ ਫਾਰਮੂਲਾ ਰੈਗੂਲਰ ਤੁਸੀਂ 5-6 ਮਹੀਨੇ ਯੂਜ਼ ਕਰੋ, ਹੌਲੀ ਹੌਲੀ ਥਾਇਰਾਇਡ ਕੰਟਰੋਲ ਹੋਣਾ ਸ਼ੁਰੂ ਹੋ ਜਾਣਾ। 6 ਮਹੀਨੇ ਲੈ ਕੇ ਸਾਲ ਤੱਕ ਵੀ ਖਾਣੀ ਪੈ ਸਕਦੀ ਆ, ਥਾਇਰਾਇਡ ਨਾਲ ਬਿਲਕੁਲ ਸਹੀ ਹੋ ਜਾਂਦਾ ਜਿਹਨਾਂ ਨੂੰ ਥਾਇਰਾਇਡ ਦੀ ਤਕਲੀਫ ਹੈ। ਤੇ ਹੁਣ ਆਪਾਂ ਗੱਲ ਕਰੀਏ ਵੀ ਸਿਰ ਦੀ ਜੂਆਂ ਦੀ, ਜਿਹੜੀ ਆਪਾਂ ਗੱਲ ਕਰ ਰਹੇ ਸੀ ਹੁਣ ਜਿਹੜਾ ਮੈਂ ਦੱਸਿਆ ਪਹਿਲਾਂ ਚੂਰਨ ਅਜਵੈਣ 10 ਗ੍ਰਾਮ ਚੂਰਨ ਤੇ 5 ਗ੍ਰਾਮ ਫਿਟਕੜੀ ਮਿਕਸ ਕਰਕੇ ਤੁਸੀਂ ਪਾਊਡਰ ਬਣਾ ਲੈਣਾ ਤੇ ਦਹੀਂ ਵਿੱਚ ਜਾਂ ਲੱਸੀ ਵਿੱਚ ਮਿਲਾ ਕੇ ਉਹਨੂੰ ਚੰਗੀ ਤਰ੍ਹਾਂ ਮਿਲਾ ਕੇ ਬੱਚੇ ਦੇ ਸਿਰ ਵਿੱਚ ਚੰਗੀ ਤਰ੍ਹਾਂ ਜੜਾਂ ਵਿੱਚ ਮਲ ਦੋ ਤੇ ਘੱਟੋ ਘੱਟ 20 ਮਿੰਟ ਜਾਂ ਅੱਧਾ ਘੰਟਾ ਤੁਸੀਂ ਉਵੇਂ ਲਾ ਕੇ ਰੱਖਾਂ ਲੇ ਕੇ। ਕੋਸ਼ਿਸ਼ ਕਰਿਓ ਵੀ ਜੜਾਂ ਨੂੰ ਫੋਲ ਫੋਲ ਕੇ ਜੜਾਂ ਵਿੱਚ ਲਾਇਓ ਤੇ ਚੰਗੀ ਤਰ੍ਹਾਂ ਲੱਗ ਜਾਵੇ, ਬਸ ਉਹਨੂੰ ਲਾ ਕੇ ਤੁਸੀਂ ਛੱਡ ਦੋ। ਅੱਧਾ ਘੰਟਾ ਤੁਸੀਂ ਇਹ ਚੂਰਨ ਜਿਹੜਾ ਹੈਗਾ ਪਾਊਡਰ ਬਣਾਇਆ ਇਹਨੂੰ ਲਾ ਕੇ ਰੱਖੋ ਤੇ ਅੱਧੇ ਘੰਟੇ ਬਾਅਦ ਉਹਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਵਾਸ਼ ਕਰ ਦੋ, ਕਿਸੇ ਸ਼ੈਂਪੂ ਨਾਲ ਜਿਹੜਾ ਹਰਬਲ ਸ਼ੈਂਪੂ ਹੋਵੇ ਉਹਦੇ ਨਾਲ ਤਰਨ ਨਹਾ ਦੋ ਬੱਚੇ ਦਾ। ਦੋ ਤਿੰਨ ਵਾਰ ਵਰਤਣੀ ਪਊਗੀ, ਜਿਹੜੀ ਸਿਰਫ ਜੂਆਂ ਪੈ ਜਾਂਦੀਆਂ ਲੀਖਾਂ ਆਉਂਦੀਆਂ ਜਿਹੜੀਆਂ ਉਹ ਬਿਲਕੁਲ ਇਹਦੇ ਨਾਲ ਸਾਫ਼ ਹੋ ਜਾਂਦੀ, ਕਿਉਂਕਿ ਜਿਹੜੇ ਆਮ ਕੈਮੀਕਲ ਵਾਲੀ ਚੀਜ਼ਾਂ ਹੁੰਦੀਆਂ ਕਈ ਵਾਰੀ ਉਹ ਬੱਚੇ ਨੂੰ ਖਰਾਬ ਵੀ ਕਰਦੀਆਂ, ਕਿਉਂਕਿ ਬਰੇਨ ਦਾ ਕੰਮ ਆ ਜਦੋਂ ਆਪਾਂ ਉਹਦੀ ਮਸਾਜ ਕਰਦੇ ਹਾਂ ਤਾਂ ਉਹਨਾਂ ਚ ਕੈਮੀਕਲ ਹੁੰਦੇ ਉਹ ਨੁਕਸਾਨ ਵੀ ਕਰਦੇ ਆ। ਪਰ ਜਿਹੜੀ ਆ ਦੇਸੀ ਚੀਜ਼ ਆ ਇਹ ਬਿਲਕੁਲ ਸਾਈਡ ਇਫੈਕਟ ਇਹਦਾ ਹੈ ਨਹੀਂ ਤੇ ਕੰਮ ਵੀ ਕਰੂਗੀ। ਪੇਟ ਦੇ ਕੀੜੇ ਹਰੇਕ ਇਨਸਾਨ ਦੇ ਪੇਟ ਵਿੱਚ, ਇੱਕ ਸਵਾਲ ਮੇਰੇ ਕੋਲ ਆਇਆ ਜੀ, ਕਹਿੰਦੇ ਐਲਰਜੀ ਹੈ ਸਕਿਨ ਦੀ। ਸਕਿਨ ਦੀ ਐਲਰਜੀ ਕਈ ਕਿਸਮ ਦੀ ਹੁੰਦੀ ਹੈ ਸਰ, ਜਾਂ ਤਾਂ ਇਹਨਾਂ ਨੇ ਜੇ ਟੈਸਟ ਕਰਵਾਇਆ ਹੋਵੇ, ਇੱਕ ਸਕਿਨ ਦਾ ਟੈਸਟ ਹੁੰਦਾ ਉਹਦੇ ਵਿੱਚ ਪ੍ਰੋਪਰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਤੋਂ ਐਲਰਜੀ ਹੈ ਆਪਾਂ ਨੂੰ। ਜੇ ਤਾਂ ਕਿਸੇ ਚੀਜ਼ ਤੋਂ ਐਲਰਜੀ ਹੈ, ਪਹਿਲੀ ਗੱਲ ਤਾਂ ਟੈਸਟ ਕਰਵਾਉਣ, ਜਿਹਦੇ ਵਿੱਚ ਕੋਈ ਕਿਸੇ ਚੀਜ਼ ਤੋਂ ਐਲਰਜੀ ਆ ਤਾਂ ਉਹ ਚੀਜ਼ ਆਪਾਂ ਨੂੰ ਬੰਦ ਕਰਨੀ ਪੈਣੀ ਪਹਿਲੀ ਗੱਲ ਤਾਂ। ਜੇ ਇਹਨਾਂ ਨੇ ਵੈਸੇ ਥੋੜਾ ਜਿਹਾ ਟਰਾਈ ਕਰਨਾ ਫਾਰਮੂਲਾ, ਇਹ ਪਰਸਨਲ ਮੈਨੂੰ ਇੱਕ ਵਾਰ ਫੋਨ ਕਰ ਸਕਦੇ ਆ, ਪਰ ਫਿਰ ਵੀ ਮੈਂ ਇੱਕ ਫਾਰਮੂਲਾ ਦੱਸਦਾ। ਤੁਸੀਂ ਜਿਹੜਾ ਨਿੰਮ ਹੁੰਦੀ ਆ, ਨਿੰਮ ਦੇ ਪੱਤੇ ਤੁਸੀਂ ਆਪ ਤੋੜਨੇ, ਨਿੰਮ ਦੇ ਪੱਤੇ ਤੋੜ ਕੇ 100 ਗ੍ਰਾਮ ਪੱਤੇ ਲੈ ਲਿਓ, ਚੰਗੀ ਤਰ੍ਹਾਂ ਧੋ ਕੇ ਉਹਨੂੰ ਗ੍ਰਾਇੰਡ ਕਰ ਲਿਓ, ਉਹਦੇ ਵਿੱਚ ਜਿੰਨਾ ਕੁ ਰਸ ਨਿਕਲਦਾ, ਘੱਟੋ ਘੱਟ ਜੇ ਤੁਸੀਂ 100 ਗ੍ਰਾਮ ਲਿੱਤੇ ਤਾਂ 25 ਗ੍ਰਾਮ ਦੇ ਕਰੀਬ ਰਸ ਨਿਕਲਦਾ। ਤੁਸੀਂ ਕੀ ਕਰਨਾ, ਚਮਚਾ ਸਵੇਰੇ ਤੇ ਚਮਚਾ ਸ਼ਾਮ ਨੂੰ ਇਹ ਪੀਣਾ ਤੇ ਨਾਲ ਇੱਕ ਗੰਧਕ ਰਸਾਇਣ ਵੱਟੀ ਆਉਂਦੀ ਹੈ, ਗੰਧਕ ਰਸਾਇਣ। ਵੈਦ ਜੀ ਫਿਰ ਸਾਫੀ ਨੀ ਪੀਤੀ ਜਾ ਸਕਦੀ, ਸਾਫੀ ਆਉਂਦੀ ਹੁੰਦੀ ਸੀ ਅੱਗੇ? ਬਿਲਕੁਲ ਸਾਫੀ ਵੀ ਦੇਖੋ, ਜੇ ਤੁਸੀਂ ਡਾਇਰੈਕਟ ਨਿੰਮ ਦਾ ਰਸ ਆਪ ਕੱਢੋਗੇ ਤਾਂ ਬੈਟਰ ਆ, ਜੇ ਸਾਫੀ ਵੀ ਪੀਣੀ ਹੈ ਤਾਂ ਉਹ ਵੀ ਬੈਟਰ ਆ, ਕਿਉਂਕਿ ਉਹਦੇ ਨਾਲ ਕੰਬੀਨੇਸ਼ਨ ਹੋਰ ਕਈ ਤਰ੍ਹਾਂ ਦਾ ਹੈਗਾ, ਉਹਦੇ ਵਿੱਚ ਕਈ ਤਰ੍ਹਾਂ ਦੇ ਜਿਵੇਂ ਉਸਵਾ ਪਾਇਆ ਹੁੰਦਾ, ਅਨੰਤ ਮੁੱਲ ਪਾਇਆ ਹੁੰਦਾ,
ਉਹ ਚੀਜ਼ਾਂ ਵੀ ਮਿਕਸ ਆ, ਉਹਦੇ ਨਾਲ ਹੋਰ ਵੀ ਫਾਇਦਾ ਹੋ ਸਕਦਾ। ਬੇਸ਼ਕ ਤੁਸੀਂ ਸਾਫ਼ ਹੀ ਪੀ ਲਓ, ਜੇ ਤੁਸੀਂ ਨਿੰਮ ਦਾ ਰਸ ਕੱਢਣਾ ਤਾਂ ਤੁਸੀਂ ਰਸ ਵੀ ਕੱਢ ਸਕਦੇ, ਕਿਉਂਕਿ ਅੱਜ ਕੱਲ੍ਹ ਟਾਈਮ ਕਈ ਵਾਰੀ ਘੱਟ ਹੁੰਦਾ, ਬੰਦਾ ਰਸ ਕੱਢਣ ਚ ਥੋੜਾ ਘੋਲ ਕਰ ਦਿੰਦਾ। ਸਾਫ਼ ਹੀ ਪੀ ਸਕਦੇ ਹੋ, ਨਾਲ ਗੰਧਕ ਰਸਾਇਣ ਦੀਆਂ ਦੋ ਦੋ ਗੋਲੀਆਂ ਸਵੇਰੇ, ਦੋ ਦੁਪਹਿਰੇ, ਦੋ ਸ਼ਾਮ ਨੂੰ, ਇਹ ਖਾਣੀਆਂ ਚਬਾ ਕੇ, ਤੇ ਬਾਕੀ ਸਟ੍ਰੈਚ ਜ਼ਰੂਰ ਕਰਾ ਲੈਣ, ਜਿਹਦੇ ਨਾਲ ਕਲੀਅਰ ਹੋਏ ਵੀ ਕਿਹੜੀ ਚੀਜ਼ ਤੋਂ ਲੜਦੀ ਹੈ, ਉਹ ਚੀਜ਼ ਫਿਰ ਆਪਾਂ ਨੂੰ ਬੰਦ ਕਰਨੀ ਪੈਣੀ ਜੀ। ਤੇ ਹੁਣ ਆਪਾਂ ਗੱਲ ਕਰ ਰਹੇ ਸੀ ਪੇਟ ਦੇ ਕੀੜੇ, ਜਿਨ੍ਹਾਂ ਦੇ ਪੇਟ ਚ ਕੀੜੇ ਹੁੰਦੇ ਨੇ, ਕਿਉਂਕਿ ਆਮ ਜਿਹੜਾ ਹੈਗਾ ਜਦੋਂ ਹਾਜ਼ਮਾ ਖਰਾਬ ਹੁੰਦਾ, ਮੂੰਹ ਚੋਂ ਪਾਣੀ ਆਉਂਦਾ ਰਹਿੰਦਾ, ਉਸ ਟਾਈਮ ਜ਼ਿਆਦਾ ਸਮੱਸਿਆ ਹੁੰਦੀ ਹੈ ਪੇਟ ਚ ਕੀੜੇ। ਬੱਚਿਆਂ ਦੇ ਜਿਵੇਂ ਜ਼ਿਆਦਾ ਬੱਚੇ ਨੂੰ ਭੁੱਖ ਲੱਗਦੀ ਹੈ, ਉਦੋਂ ਵੀ ਪਛਾਣ ਸਕਦੇ ਵੀ ਪੇਟ ਚ ਕੀੜੇ ਨੇ। ਉਸ ਟਾਈਮ ਤੁਸੀਂ ਕੀ ਕਰਨਾ ਹੈ, ਜਿਹੜੀ ਅਜਵਾਇਣ ਆ, ਚੰਗੀ ਅਜਵਾਇਣ ਲਿਓ ਦੇਸੀ, ਉੱਤੇ ਉਹਨੂੰ ਸਾਫ਼ ਕਰ ਦਿਓ, ਉਹਦਾ ਪਾਊਡਰ ਬਣਾ ਕੇ ਰੱਖ ਲਓ, ਤੇ ਚਮਚੇ ਦਾ ਚੌਥਾ ਹਿੱਸਾ ਬੱਚਾ ਜੇ ਹੈਗਾ ਤਾਂ ਚਮਚੇ ਦਾ ਚੌਥਾ ਹਿੱਸਾ ਸਵੇਰੇ ਸ਼ਾਮ ਲੱਸੀ ਨਾਲ, ਸਵੇਰੇ ਸ਼ਾਮ ਲੱਸੀ ਨਾਲ ਦੇਣੀ ਦੇਣੀ ਖਾਲੀ ਪੇਟ। ਜੇ ਉਮਰ 15 ਸਾਲ ਤੋਂ ਉੱਪਰ ਹੈ ਤਾਂ ਅੱਧਾ ਚਮਚਾ ਸਵੇਰੇ ਸ਼ਾਮ ਲੱਸੀ ਨਾਲ, ਤੇ ਇਹਦੇ ਨਾਲ ਕੀ ਹੁੰਦਾ, ਜਿਹੜੇ ਪੇਟ ਚ ਕੀੜੇ ਹੁੰਦੇ ਨੇ ਉਹ ਬਿਲਕੁਲ ਸਾਫ਼ ਹੋ ਜਾਂਦੇ। ਮੈਂ ਸਰੋਤਿਆਂ ਨੂੰ ਥੋੜੀ ਜਾਣਕਾਰੀ ਦੇਣਾ ਚਾਹੁੰਦਾ, ਕਿਉਂਕਿ ਪੇਟ ਚ ਕੀੜੇ ਦੀ ਸਮੱਸਿਆ ਹਰੇਕ ਨੂੰ ਹੋ ਸਕਦੀ ਹੈ, ਚਾਹੇ ਕੋਈ ਵੀ ਹੈਗਾ। ਤਾਂ ਉੱਥੇ ਜੀ ਇਹੋ ਜਿਹੀ ਆਪਾਂ 6 ਮਹੀਨੇ ਮਗਰੋਂ 15 ਕੁ ਦਿਨ ਅਜਵਾਇਣ ਖਾ ਲਈਏ, ਤੇ ਜਿਵੇਂ ਮੈਂ ਦੱਸੀ ਹੈ ਲੱਸੀ ਨਾਲ, ਤਾਂ ਉਹਦੇ ਨਾਲ ਕੀ ਹੁੰਦਾ, ਇੱਕ ਤਾਂ ਹਾਜ਼ਮਾ ਵੀ ਠੀਕ ਹੋ ਜਾਂਦਾ, ਤੇ ਜਿਹਨੂੰ ਕਹਿੰਦੇ ਬਾਇਓਲੋਜੀ ਤੋਂ ਵੀ ਇਹ ਫਾਇਦਾ ਰਹਿੰਦਾ, ਤੇ ਨਾਲ ਜਿਹੜਾ ਪੇਟ ਚ ਕੋਈ ਕੀੜਾ ਹੋਵੇ ਤਾਂ ਉਹ ਵੀ ਬਿਲਕੁਲ ਵਾਸ ਹੋ ਜਾਂਦਾ। ਆਪਾਂ ਨੂੰ ਵੈਸੇ ਵੀ 6 ਕੁ ਮਹੀਨੇ ਮਗਰੋਂ ਜਾਂ 3 ਕੁ ਮਹੀਨੇ ਮਗਰੋਂ ਇਹ ਚੀਜ਼ ਰਿਪੀਟ ਕਰਨੀ ਚਾਹੀਦੀ ਆ, ਵੀ ਜਿਹਦੇ ਨਾਲ ਆਪਣਾ ਪੇਟ ਠੀਕ ਰਹੇ। ਤੇ ਹੁਣ ਇੱਕ ਫਾਰਮੂਲਾ ਜਿਹੜਾ ਮੈਂ ਦੱਸਣਾ ਇਹ ਸਰੋਤਿਆਂ ਨੂੰ ਦੱਸੂਗਾ, ਵੀ ਉਹਦੇ ਵਿੱਚ ਅਜਵਾਇਣ ਦਾ 7 ਪੈਂਦਾ, ਤੇ ਇਹ ਨੁਸਖਾ ਤੁਸੀਂ ਪਹਿਲਾਂ ਸੁਣਿਆ ਹੋਣਾ ਮਾਰਕੀਟ ਵਿੱਚ ਅੰਮ੍ਰਿਤ ਧਾਰਾ ਜੀ। ਅੰਮ੍ਰਿਤ ਧਾਰਾ ਸਾਰੇ ਜਿਹੜੇ ਪੁਰਾਣੇ ਬਜ਼ੁਰਗ ਨੇ ਸੁਣਿਆ ਹੋਣਾ, ਅੰਮ੍ਰਿਤ ਧਾਰਾ ਇੱਕ ਲਿਕੁਇਡ ਟਾਈਪ ਹੁੰਦਾ ਤਾ, ਉਹ ਤੁਸੀਂ ਘਰ ਬਣਾ ਕੇ ਉਹ ਤੋਂ ਕਈ ਤਰ੍ਹਾਂ ਦੇ ਕੰਮ ਲਾਉਂਗੇ, ਉਹਨੂੰ ਘਰ ਬਣਾ ਕੇ ਕਈ ਤਰੀਕੇ ਨਾਲ ਉਹਨੂੰ ਵਰਤ ਦੋਗੇ। ਜਿਵੇਂ ਅੰਮ੍ਰਿਤ ਧਾਰਾ ਬਣਦਾ ਕਿਵੇਂ ਆ ਮੈਂ ਉਹ ਦੱਸੂਗਾ ਹੁਣ। ਪੁਦੀਨੇ ਦਾ 7 ਮਾਰਕੀਟ ਚੋਂ ਮਿਲ ਜਾਂਦਾ, ਕ੍ਰਿਸਟਲ ਦੇ ਹੁੰਦੇ ਨੇ ਜੀ। ਪੁਦੀਨੇ ਦਾ 7 10 ਗ੍ਰਾਮ ਤੇ ਅਜਵਾਇਣ ਦਾ 7 10 ਗ੍ਰਾਮ, ਜਿਹੜੇ ਅਜਵਾਇਣ ਚੋਂ 7 ਕੱਢਿਆ ਜਾਂਦਾ ਹੈ ਉਹ ਮਾਰਕੀਟ ਚੋਂ ਮਿਲ ਜਾਂਦਾ, 10 ਗ੍ਰਾਮ ਚਾਹੀਦਾ ਆਪਾਂ ਨੂੰ ਉਹ। ਤੇ ਦੇਸੀ ਕਪੂਰ ਇੱਕ ਹੁੰਦਾ ਟਿੱਕੀ, ਉਹ ਨੀ ਲੈਣੀ, ਇੱਕ ਹੁੰਦਾ ਜਿਹੜਾ ਬਿਲਕੁਲ ਸਾਫਾ ਹੁੰਦਾ, ਬੜੇ ਆਕਾਰ ਦਾ ਹੁੰਦਾ ਜਿਵੇਂ ਬਰਫ ਦੇ ਟੁਕੜੇ ਹੁੰਦੇ, ਉਹ ਲੈਣਾ। ਪੁਦੀਨੇ ਦਾ 7 10 ਗ੍ਰਾਮ, 7 ਅਜਵਾਇਣ 10 ਗ੍ਰਾਮ ਤੇ ਦੇਸੀ ਕਪੂਰ 10 ਗ੍ਰਾਮ। ਇਹ ਸਾਰੀਆਂ ਚੀਜ਼ਾਂ ਤੁਸੀਂ ਮੋਟੀਆਂ ਮੋਟੀਆਂ ਕੁੱਟ ਕੇ ਕਿਸੇ ਕੱਚ ਦੀ ਸ਼ੀਸ਼ੀ ਵਿੱਚ ਪਾ ਕੇ ਰੱਖ ਦੋ, ਤੇ ਇਹਨੇ 15 ਜਾਂ 20 ਮਿੰਟ ਵਿੱਚ ਬਿਲਕੁਲ ਆਪਣੇ ਆਪ ਹੀ ਪਾਣੀ ਹੋ ਜਾਣਾ, ਤੁਹਾਨੂੰ ਇਹਨੂੰ ਛੇੜਨ ਦੀ ਲੋੜ ਨਹੀਂ। ਜਦੋਂ ਇਹ ਆਪਸ ਵਿੱਚ ਤਿੰਨੇ ਚੀਜ਼ਾਂ ਮਿਲਦੀਆਂ ਨੇ ਤਾਂ ਬਿਲਕੁਲ ਪਾਣੀ ਦੇ ਜਿਵੇਂ ਪਾਣੀ ਹੁੰਦਾ ਬਿਲਕੁਲ ਤਰਲ ਦੀ ਮਾਤਰਾ ਵਿੱਚ ਆਪਣੇ ਆਪ ਹੀ ਨਹੀਂ ਮਿਲ ਜਾਣਾ ਆਪਾਂ। ਇਹ ਵਰਤਣਾ ਕਿਵੇਂ ਹੈ, ਇਹ ਕਿੱਥੇ ਕਿੱਥੇ ਕੰਮ ਕਰ ਸਕਦਾ ਅੰਮ੍ਰਿਤ ਧਾਰਾ ਜੀ। ਹੁਣ ਜੇ ਕਿਤੇ ਇਹ ਤੁਸੀਂ ਇੱਕ ਵਾਰ ਬਣਾ ਕੇ ਘਰ ਜ਼ਰੂਰ ਰੱਖ ਲਿਓ, ਕਿਤੇ ਨਾ ਕਿਤੇ ਕੰਮ ਤੁਹਾਡੇ ਆਉਣਾ। ਕੰਮ ਕਈ ਤਰ੍ਹਾਂ ਦੇ ਹੋਣੇ ਆ ਇਹ ਇੱਕ ਫਾਰਮੂਲੇ ਨਾਲ। ਜੇ ਕਿਤੇ ਸਰਦੀ ਜ਼ੁਕਾਮ ਹੁੰਦਾ ਕਿਸੇ ਬੱਚੇ ਨੂੰ ਹੋ ਜਾਵੇ ਜਾਂ ਕਿਸੇ ਆਮ ਬਜ਼ੁਰਗ ਨੂੰ ਹੋ ਜਾਵੇ, ਇਹਨਾਂ ਨੂੰ ਆਮ ਐਲਰਜੀ ਰਹਿੰਦੀ ਆ, ਤੁਸੀਂ ਕੀ ਕਰਨਾ, ਇਹ ਜਿਹੜਾ ਮੈਂ ਲਿਕੁਇਡ ਦੱਸਿਆ ਬਣਾਉਣਾ, ਇਹ ਤੁਸੀਂ ਰੁਮਾਲ ਵਿੱਚ ਰੱਖ ਕੇ 2 ਤੋਂ ਲੈ ਕੇ 4-5 ਬੂੰਦਾਂ ਰੁਮਾਲ ਚ ਇਹਦੀਆਂ ਡੋਲ, ਤੇ ਉਹੀ ਰੁਮਾਲ ਨੂੰ ਤੁਸੀਂ ਸੁੰਘੀ ਜਾਣਾ, ਘੱਟੋ ਘੱਟ 5-7 ਵਾਰੀ ਉਹਨੂੰ ਤੁਸੀਂ ਸਮੈਲ ਦੀ ਲੈਣੀ ਆ, ਤੇ 4 ਕੁ ਬੂੰਦਾਂ ਪਾਣੀ ਆ, ਤੇ ਨੱਕ ਘੋਲ ਰੱਖ ਕੇ ਜਿਵੇਂ ਆਪਾਂ ਭਾਫ ਲੈਂਦੇ ਹੁੰਦੇ ਆ ਉਵੇਂ ਲੰਬੇ ਲੰਬੇ ਸਾਹ ਲੈ ਕੇ ਇਹਦੀ ਭਾਫ ਸਮਝ ਲਓ ਭਾਫ ਬਣ ਜਾਂਦੀ ਹੈ, ਉਹ ਲੈਣੀ ਆ, ਤੇ ਇਹਦੇ ਨਾਲ ਨੱਕ ਫੁੱਲ ਵੀ ਉਦੋਂ ਹੀ ਜਾਂਦਾ ਹੈ ਤੇ ਵੈਸੇ ਵੀ ਖਾਂਸੀ ਜ਼ੁਕਾਮ ਚ ਫਾਇਦਾ ਲੈਂਦਾ। ਹੁਣ ਜੇ ਇੱਕ ਤਾਂ ਇਹ ਹੋ ਗਿਆ, ਜੇ ਜ਼ਿਆਦਾ ਖਾਂਸੀ ਤੁਹਾਨੂੰ ਲੱਗਦਾ ਵੀ ਜ਼ੁਕਾਮ ਜ਼ਿਆਦਾ ਹੋ ਗਿਆ, ਉਹਨੂੰ ਕੀ ਕਰਨਾ, ਤੁਸੀਂ ਗਰਮ ਗਰਮ ਪਾਣੀ ਲਾਓ, ਪੂਰਾ ਉਬਲਦਾ ਪਾਣੀ ਹੋਵੇ, ਤੇ ਉਹਦੇ ਵਿੱਚ ਤੁਸੀਂ 10 ਬੂੰਦਾਂ ਇਹਦੀਆਂ ਪਾ ਦੋ, 10 ਬੂੰਦਾਂ ਪਾ ਕੇ ਉਹਨੂੰ ਨੱਕ ਘੋਲ ਰੱਖ ਕੇ ਭਾਫ ਲੈਣੀ, ਉਹਦੀ ਜਿਹੜੀ ਉਹਦੀ ਭਾਫ ਉੜੂਗੀ ਉਹ ਨੱਕ ਰਾਹੀਂ ਲੈਣੀ ਆ, ਤੇ ਕੋਸ਼ਿਸ਼ ਕਰਿਓ ਵੀ ਜਿਹੜਾ ਸਿਰਾ ਤੁਸੀਂ ਤੌੜੀ ਨਾਲ ਬਿਲਕੁਲ ਲਪੇਟ ਲਿਓ, ਤੇ ਇਹ ਤੋਂ ਬਾਅਦ ਪੱਖੇ ਥੱਲੇ ਨਾ ਜਾਇਓ 1/2 ਘੰਟਾ ਘੱਟੋ ਘੱਟ, ਤੁਸੀਂ ਇਹਨੂੰ ਭਾਫ ਲਾਓ, ਤਾਂ ਇਹਦੇ ਨਾਲ ਵੀ ਜਿਹੜੀ ਨੱਕ ਆ ਖੁੱਲ ਜਾਂਦਾ ਹੈ, ਜਿਹੜਾ ਜ਼ੁਕਾਮ ਹੋਇਆ ਹੁੰਦਾ ਕਈ ਵਾਰੀ ਬਿਨਾਂ ਦਵਾਈ ਤੋਂ ਇਹਦੇ ਨਾਲ ਜ਼ੁਕਾਮ ਠੀਕ ਹੋ ਜਾਂਦਾ। ਇੱਕ ਤਾਂ
ਇਹ ਫਾਰਮੂਲਾ। ਹੁਣ ਜੇ ਅਚਾਨਕ ਕਿਸੇ ਘਰ ਕਿਸੇ ਨੂੰ ਉਲਟੀਆਂ ਜਾਂ ਲੂਜ ਮੋਸ਼ਨ ਲੱਗ ਜਾਂਦੇ ਆ, ਉੱਥੇ ਵੀ ਅੰਮ੍ਰਿਤ ਧਾਰਾ ਜਿਹੜਾ ਮੈਂ ਦੱਸਿਆ ਤੁਹਾਨੂੰ ਬਣਾਉਣਾ, ਉੱਥੇ ਵੀ ਇਹ ਕੰਮ ਦਊਗਾ। ਜਿਵੇਂ ਹੁਣ ਕਿਸੇ ਉਲਟੀਆਂ ਲੱਗਦੀਆਂ ਜਾਂ ਲੂਜ ਮੋਸ਼ਨ ਲੱਗਦੇ ਆ, ਉਦੋਂ ਤੁਸੀਂ ਕੀ ਕਰਨਾ ਹੈ, ਇੱਕ ਪਤਾਸਾ ਲੈ ਲਓ, ਪਤਾਸੇ ਵਿੱਚ ਤੁਸੀਂ ਹੋਲ ਜਾ ਕਰਕੇ ਠੋਲਾ ਜਾ ਮਾਰ ਕੇ ਉਹਦੇ ਵਿੱਚ 5-7 ਬੂੰਦਾਂ ਇਹਦੀਆਂ ਅੰਮ੍ਰਿਤ ਧਾਰੇ ਦੀਆਂ ਪਾ ਲਓ ਤੇ ਉਹਨੂੰ ਚਬਾ ਲਓ, 2-3 ਵਾਰੀ ਤੁਸੀਂ ਲਾਓ ਤੇ ਇਹਦੇ ਨਾਲ ਜਿਹੜਾ ਪੇਟ ਦਾ ਸਿਸਟਮ ਸਹੀ ਹੋਣ ਨਾਲ ਜਿਹੜੀ ਤੁਹਾਨੂੰ ਉਲਟੀਆਂ ਲੱਗਦੀਆਂ ਜਾਂ ਫਿਰ ਦਸਤ ਜਿਹਨੂੰ ਕਹਿੰਦੇ ਲੂਜ ਮੋਸ਼ਨ ਲੱਗਦੇ ਆ, ਤਾਂ ਬਿਲਕੁਲ ਇਹਦੇ ਨਾਲ 5-7 ਖੁਰਾਕਾਂ ਨਾਲ ਹੀ ਖਤਮ ਹੋ ਜਾਂਦੀਆਂ। ਜੇ ਜਿਹਨੂੰ ਕਹਿੰਦੇ ਵੀ ਥੋੜੀਆਂ ਲੂਜ ਮੋਸ਼ਨ ਥੋੜੇ ਨੇ, ਉਦੋਂ ਇਹ ਫਾਰਮੂਲਾ ਬਹੁਤ ਕੰਮ ਦਊਗਾ। ਸਰਦੀ ਜ਼ੁਕਾਮ ਵਾਸਤੇ, ਉਲਟੀ ਵਾਸਤੇ, ਹੁਣ ਜਿਵੇਂ ਇੱਕ ਆ ਜਾਂਦਾ ਵੀ ਕਈ ਵਾਰੀ ਹੈਜੇ ਦਾ ਸੀਜ਼ਨ ਆ ਜਾਂਦਾ, ਹੈਜਾ ਵੀ ਕਈ ਵਾਰ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਉਲਟੀਆਂ ਲੱਗ ਜਾਂਦੀਆਂ, ਤਾਂ ਉਹ ਕੀ ਹੁੰਦਾ, ਗਰਮੀ ਵੀ ਜਿਵੇਂ ਹੁਣ ਗਰਮੀ ਆ ਗਈ, ਗਰਮੀ ਚ ਆਪਣੇ ਵੱਧ ਘੱਟ ਪਾਣੀ ਪੀ ਲਿਆ ਜਾਂ ਕੋਈ ਆਪਾਂ ਬਾਹਰੀਆਂ ਚੀਜ਼ਾਂ ਬਾਜ਼ਾਰੋਂ ਚੀਜ਼ਾਂ ਖਾ ਲਈਆਂ, ਉਸ ਟਾਈਮ ਹੈਜੇ ਦੀ ਤਕਲੀਫ ਹੋ ਜਾਂਦੀ ਹੈ। ਕਈ ਵਾਰੀ ਹੈਜਾ ਇੰਨਾ ਵਿਗੜ ਜਾਂਦਾ ਫਿਰ ਜਾ ਕੇ ਆਪਾਂ ਨੂੰ ਗੁਲੂਕੋਜ਼ ਤੱਕ ਵੀ ਲਵਾਉਣੇ ਪੈਂਦੇ ਆ। ਜੇ ਕਿਤੇ ਅਚਾਨਕ ਇਹੋ ਜਿਹੀ ਸਮੱਸਿਆ ਆਉਂਦੀ ਹੈ, ਤੁਸੀਂ ਉਵੇਂ ਹੀ ਜਿਹੜਾ ਅੰਮ੍ਰਿਤ ਧਾਰਾ ਆਪਾਂ ਨੇ ਬਣਾਉਣਾ ਮੈਂ ਦੱਸਿਆ, ਚਾਹੇ ਉਹਨੂੰ ਪਤਾਸੇ ਚ ਮਿਲਾ ਕੇ ਪੀ ਲਓ, ਖਾ ਲਓ, ਚਾਹੇ ਤੁਸੀਂ ਮਿਸ਼ਰੀ ਚ ਮਿਲਾ ਲਓ, ਜਿਵੇਂ ਤੁਹਾਨੂੰ ਠੀਕ ਲੱਗਦਾ। ਮਿਸ਼ਰੀ ਹੈਗੀ ਤਾਂ ਮਿਸ਼ਰੀ ਵਿੱਚ ਜਿਵੇਂ ਤੁਸੀਂ ਮਿਸ਼ਰੀ ਥੋੜੀ ਜਿਹੀ ਚਮਚਕ ਮਿਸ਼ਰੀ ਦੇ ਲਿੱਤਾ ਤੇ ਉਹਨੂੰ ਕੁੱਟਿਆ ਤੇ 3-4 ਬੂੰਦਾਂ ਉਹਦੇ ਵਿੱਚ ਪਾ ਕੇ ਤੁਸੀਂ ਉਹ ਖਾ ਲਓ, ਤਾਂ ਜਿਹੜੀਆਂ ਤੁਹਾਨੂੰ ਉਲਟੀਆਂ ਲੱਗਦੀਆਂ, ਦਿਲ ਕੱਚਾ ਕੱਚਾ ਵਾਰ ਵਾਰ ਹੁੰਦਾ, ਮਾੜੀ ਰੋਟੀ ਖਾਧੀ ਉਹੀ ਬਾਹਰ ਆ ਗਈ, ਤਾਂ ਇਹਨੇ 5-7 ਵਾਰ ਇਹਨੂੰ ਪੀਣ ਖਾਣ ਨਾਲ ਬਿਲਕੁਲ ਸੈੱਟ ਹੋ ਜਾਣਾ। ਤੁਸੀਂ 3 ਰੋਜ਼ ਖਾ ਕੇ ਦੇਖ ਲਿਓ, ਬਿਲਕੁਲ ਇਹਦੇ ਨਾਲ ਸਹੀ ਹਾਜ਼ਮਾ ਹੋ ਜਾਂਦਾ ਤੇ ਉਲਟੀ ਵੀ ਬੰਦ ਉਸੇ ਟਾਈਮ ਹੋ ਜਾਂਦੀ। ਇਹ ਹੋ ਗਿਆ ਹੈਜੇ ਵਾਸਤੇ। ਤੇ ਹੁਣ ਇੱਕ ਹੁੰਦਾ ਵੀ ਕਦੇ ਅਚਾਨਕ ਆਪਣੇ ਅੱਜਕਲ ਭਰਿੰਡ ਲੜ ਗਈ ਜਾਂ ਕੋਈ ਮਧੂ ਮੱਖੀ ਲੜ ਗਈ, ਉਦੋਂ ਕੀ ਹੁੰਦਾ, ਉਦੋਂ ਸੋਜ ਆਉਣ ਦੇ ਚਾਂਸ ਹੁੰਦੇ ਆ, ਪੇਨ ਵੀ ਜ਼ਿਆਦਾ ਹੁੰਦਾ, ਤੁਸੀਂ ਉਸ ਟਾਈਮ ਵੀ ਇਹੀ ਜਿਹੜਾ ਲਿਕੁਇਡ ਅੰਮ੍ਰਿਤ ਧਾਰਾ ਮੈਂ ਦੱਸਿਆ ਬਣਾਉਣਾ, ਇਹ ਤੁਸੀਂ ਜਿੱਥੇ ਭਰਿੰਡ ਲੜਦੀ ਆ ਜਾਂ ਮਧੂ ਮੱਖੀ ਨੇ ਡੰਗ ਮਾਰੇ ਆ, ਉੱਥੇ ਤੁਸੀਂ ਚੰਗੀ ਤਰ੍ਹਾਂ ਇਹਨੂੰ ਲੇਪ ਕਰ ਦੋ, ਤੇ ਸਮਝ ਲਓ ਵੀ ਤੁਸੀਂ ਲੇਪ ਕੀਤਾ, ਤੁਹਾਨੂੰ 5-7 ਮਿੰਟ ਚ ਰਿਲੀਫ ਮਿਲ ਜਾਣਾ, ਜਿਹੜਾ ਸੋਜ ਆ ਉਹ ਵਧੂਗੇ ਜੀ। ਤੇ ਜਿਹੜੀ ਅੱਲਾ ਤੁਹਾਨੂੰ ਸੋਜ ਹੁੰਦੀ ਆ ਜਾਂ ਦਰਦ ਮਹਿਸੂਸ ਹੁੰਦਾ, ਜਲਨ ਹੁੰਦੀ ਆ, ਬਸ 5-4 ਮਿੰਟ ਚ ਉਹਨੇ ਬਿਲਕੁਲ ਖਤਮ ਕਰ ਦੇਣੀ ਆ। ਤੇ ਅੰਮ੍ਰਿਤ ਧਾਰਾ ਪਹਿਲਾਂ ਬਹੁਤ ਜ਼ਿਆਦਾ ਵਰਤਿਆ ਜਾਂਦਾ ਸੀ ਤੇ ਹੁਣ ਵੀ ਅੰਮ੍ਰਿਤ ਧਾਰਾ ਦੇ ਨਾਂ ਤੇ ਇਹ ਮਾਰਕੀਟ ਚ ਮਿਲਦਾ ਹੈ। ਇਹਨੂੰ ਕਈ ਤਰ੍ਹਾਂ ਦੇ ਨਾਂ ਕੰਪਨੀ ਨੇ ਦਿੱਤੇ ਹੋਏ, ਕੋਈ ਕੁਲੰਜਨ ਦੇ ਨਾਮ ਤੇ ਆਉਂਦਾ ਤੇ ਬਾਬਾ ਰਾਮਦਾਸ ਦੇਵ ਇਹਨੂੰ ਬਣਾਉਂਦਾ ਹੈ ਦਿਵਿਆ ਧਾਰਾ ਦੇ ਨਾਂ ਤੇ, ਹੈ ਉਹੀ ਅੰਮ੍ਰਿਤ ਧਾਰਾ ਜਿਹੜਾ ਤੁਸੀਂ ਘਰ ਬਣਾ ਸਕਦੇ ਹੋ ਤੇ ਘਰ ਜਿਹੜਾ ਬਣੂਗਾ ਵੀ ਪਿਓਰ। ਇਹ ਅੰਮ੍ਰਿਤ ਧਾਰਾ ਤੁਸੀਂ ਜ਼ਰੂਰ ਬਣਾ ਕੇ ਰੱਖਿਓ ਘਰ, ਕਿਉਂਕਿ ਇਹਦੇ ਜਿਹੜੇ ਮੈਂ ਫਾਇਦੇ ਨੇ 3-4 ਫਾਇਦੇ ਦੱਸੇ ਨੇ, ਤੇ ਬਾਕੀ ਵੈਸੇ ਵੀ ਇਹਨੂੰ ਪੀਂਦੇ ਰਹੀਏ ਆਪਾਂ ਤਾਂ ਹਾਜ਼ਮਾ ਠੀਕ ਰਹਿੰਦਾ, ਕਿਉਂਕਿ ਗਰਮੀ ਵਿੱਚ ਇਹ ਸਮੱਸਿਆ ਬਹੁਤ ਆਉਂਦੀ ਹੈ ਵੀ ਉਲਟੀਆਂ ਲੱਗ ਗਈਆਂ, ਗਰਮੀ ਲੱਗ ਗਈ, ਉਸ ਟਾਈਮ ਜੇ ਤੁਸੀਂ ਵੈਸੇ ਵੀ ਰੋਜ਼ ਸਵੇਰੇ ਸ਼ਾਮ ਜਾਂ ਇੱਕ ਦਿਨ ਛੱਡ ਕੇ ਤੁਸੀਂ ਥੋੜੇ ਜਿਹੇ ਪਤਾਸੇ ਵਿੱਚ ਇਹਦੇ 2-3 ਡ੍ਰੌਪ ਪਾ ਕੇ ਪੀ ਲਓ, ਤਾਂ ਵੈਸੇ ਵੀ ਤੁਹਾਡਾ ਪੇਟ ਵੀ ਠੀਕ ਰਹੂਗਾ ਤੇ ਗਰਮੀ ਵੀ ਆਪਣੇ ਸਰੀਰ ਚ ਪੈਦਾ ਨਹੀਂ ਹੋਊਗੀ। ਜਿਹੜੀ ਗਰਮੀ ਦੀ ਵਜ੍ਹਾ ਨਾਲ ਆਪਾਂ ਜਿਵੇਂ ਠੰਡਾ ਪਾਣੀ ਜ਼ਿਆਦਾ ਪੀਂਦੇ ਆ ਜਾਂ ਕੋਲਡ ਡਰਿੰਕ ਜਾਂ ਕੋਈ ਸਪੰਜਮੀ ਵਾਰ ਵਾਰ ਬਣਾ ਕੇ ਪੀ ਜਾਂਦੇ ਆ, ਉਸ ਟਾਈਮ ਹਾਜ਼ਮਾ ਖਰਾਬ ਹੋ ਜਾਂਦਾ, ਉੱਥੇ ਜਿਹੜਾ ਅੰਮ੍ਰਿਤ ਧਾਰਾ ਬਹੁਤ ਜ਼ਿਆਦਾ ਕੰਮ ਦਊਗਾ ਜੀ। ਇੱਕ ਤਾਂ ਸਰ ਇਹ ਫਾਰਮੂਲਾ ਹੋ ਗਿਆ। ਤੇ ਹੁਣ ਆਪਾਂ ਗੱਲ ਕਰੀਏ ਵੀ ਜਿਵੇਂ ਅੱਜ ਕੱਲ ਸ਼ਰਾਬ ਜਿਹੜੇ ਪੀਂਦੇ ਨੇ ਲੋਕੀ, ਸ਼ਰਾਬ ਛੱਡਣਾ ਚਾਹੁੰਦੇ ਨੇ ਵੀ ਸ਼ਰਾਬ ਛੱਡ ਦੀਏ, ਤਾਂ ਉੱਥੇ ਦੇਸੀ ਅਜਵਾਇਣ ਬਹੁਤ ਬੜਾ ਕੰਮ ਦੇ ਸਕਦੀ ਹੈ। ਜਿਹੜੇ ਵੀ ਚਾਹੁੰਦੇ ਨੇ ਵੀ ਮੈਂ ਦਾਰੂ ਛੱਡਣੀ ਹੈ, ਤਾਂ ਉਹ ਫਾਰਮੂਲਾ ਨੋਟ ਕਰ ਲਿਓ, ਇਹ ਤੁਹਾਡੇ ਬਹੁਤ ਜ਼ਿਆਦਾ ਕੰਮ ਆਊਗਾ। ਪਹਿਲੀ ਗੱਲ ਤਾਂ ਦਾਰੂ ਤਾਂ ਇੱਕ ਮਨ ਦੀ ਖੇਲ ਆ, ਜੇ ਆਪਾਂ ਮਨ ਮਨਾ ਲਿਆ ਤਾਂ ਹਰੇਕ ਤਰ੍ਹਾਂ ਦਾ ਨਸ਼ਾ ਛੱਡਿਆ ਜਾ ਸਕਦਾ। ਜੇ ਮਨ ਨਹੀਂ ਮੰਨਦਾ, ਰੋਜ਼ ਮਨ ਕਰਦਾ ਵੀ ਸ਼ਾਮ ਨੂੰ ਪੈਗ ਲਾਉਣਾ ਹੈ, ਉਹ ਤੁਹਾਡੀ ਆਪਣੀ ਮਨ ਦੀ ਖੇਲ ਆ, ਮਨ ਮਨਾ ਲਓ। ਜੇ ਤੁਸੀਂ ਦਾਰੂ ਛੱਡਣੀ ਆ, ਇਹ ਨੁਸਖਾ ਵਰਤਿਓ, 2 ਤਰ੍ਹਾਂ ਨਾਲ ਆਪਣੇ ਅਜਵਾਇਣ ਨੂੰ ਵਰਤਣਾ, 2 ਤਰ੍ਹਾਂ ਨਾਲ। ਇੱਕ ਤਾਂ ਤੁਸੀਂ ਅਜਵਾਇਣ ਨੂੰ ਭੁੰਨ ਲਓ, ਭੁੰਨ ਕੇ ਉਹਦੇ ਵਿੱਚ ਤੁਸੀਂ ਅਦਰਕ ਦਾ ਰਸ, ਜਿਹੜਾ ਅਦਰਕ ਹੁੰਦਾ ਉਹਦਾ ਰਸ ਕੱਢ ਲਓ, ਥੋੜਾ ਰਸ, ਚਮਚਕ ਰਸ ਬਹੁਤ ਆ। ਜਿਵੇਂ ਹੁਣ ਤੁਸੀਂ ਅਜਵਾਇਣ ਦਾ 1 ਚਮਚਾ ਲਿੱਤਾ ਹੈ, ਉਹਦੇ ਵਿੱਚ ਅੱਧਾ ਜਿਹੜਾ ਅਦਰਕ ਦਾ ਰਸ ਪੈਣਾ,
ਚੰਗੀ ਤਰ੍ਹਾਂ ਉਹਨੂੰ ਲਵੇੜ ਲਓ ਤੇ ਥੋੜਾ ਥੋੜਾ ਕਰਕੇ ਉਹਨੂੰ ਜਿਵੇਂ ਆਪਾਂ ਚੂਸਦੇ ਹਾਂ ਹੌਲੀ ਹੌਲੀ ਸਿਵਾਈ ਚੋ ਚੂਸੀ ਜਾਓ ਤੇ ਰਸ ਅੰਦਰ ਜਾਈ ਜਾਵੇ। ਇਹਦੇ ਨਾਲ ਵੀ ਜਿਹੜੀ ਦਾਰੂ ਦੀ ਲੱਤ ਜਿਵੇਂ ਕਹਿੰਦੇ ਵਾਰ ਵਾਰ ਦਾਰੂ ਪੀਣ ਦਾ ਆਪਾਂ ਮਨ ਕਰਦਾ ਹੈ ਇਹਦੇ ਨਾਲ ਵੀ ਕੰਟਰੋਲ ਹੋ ਸਕਦਾ ਜੇ ਕਿਸੇ ਨੂੰ ਦਾਰੂ ਦੀ ਜ਼ਿਆਦਾ ਪੀਣ ਦੀ ਜਿਹਨੂੰ ਕਹਿੰਦੇ ਵੀ ਸ਼ਾਮ ਦੇ ਟਾਈਮ ਨੂੰ ਪੱਕਾ ਹੀ ਮਨ ਕਰਦਾ ਵੀ ਮੈਂ ਦਾਰੂ ਪੀਣੀ ਹੈ ਉਸ ਟਾਈਮ ਮਨ ਬਣਾ ਲਓ ਇਹ ਫਾਰਮੂਲਾ ਵਰਤ ਕੇ ਦੇ ਤੇ ਹੁਣ ਦੂਜਾ ਢੰਗ ਕੀ ਆ ਜੇ ਆਪਾਂ ਨੇ ਦੂਜੇ ਤਰੀਕੇ ਨਾਲ ਇਹਨੂੰ ਵਰਤਣਾ ਤਾਂ ਤੁਸੀਂ ਕਰਨਾ ਕੀ ਆ ਅੱਧਾ ਕਿਲੋ ਅਜਮੈਣ ਲੈ ਲਓ ਦੇਸੀ ਜੀ ਦੇਸੀ ਅਜਮੈਣ ਅੱਧਾ ਕਿਲੋ ਤੇ 4 ਕਿਲੋ ਪਾਣੀ ਅਜਮੈਣ ਨੂੰ ਕੁੱਟ ਲਓ ਡੈੜਾ ਜਿਹਾ ਕਰ ਲਓ ਤੇ 4 ਕਿਲੋ ਪਾਣੀ ਵਿੱਚ ਤੁਸੀਂ ਉਹਨੂੰ ਪਾ ਦਿਓ ਤੇ ਉਹਨੂੰ ਹਲਕੀ ਅੱਗ ਤੇ ਉਹਨੂੰ ਉਬਾਲੀ ਦੇਣੀ ਹਲਕੀ ਅੱਗ ਹੋਵੇ ਤੇ ਉਹਨੂੰ ਉਬਾਲੀ ਦੇਈ ਜਾਓ ਜਦੋਂ ਉਹ ਪਾਣੀ 4 ਕਿਲੋ ਤੋਂ ਜਲ ਕੇ ਜਿਹਨੂੰ ਕਹਿੰਦੇ ਵੀ 3 ਭਾਗ ਉਹਦੇ ਉਡਾ ਦੇਣੇ ਆ 3 ਕਿਲੋ ਪਾਣੀ ਉਹਦਾ ਖਤਮ ਕਰ ਦੇਣਾ ਤੇ 1 ਕਿਲੋ ਪਾਣੀ ਰਹਿ ਗਿਆ ਤੇ ਚੰਗੀ ਤਰ੍ਹਾਂ ਉਹਨੂੰ ਤੁਸੀਂ ਛਾਣ ਲਓ ਛਾਣ ਕੇ ਕਿਸੇ ਮੋਟਰ ਚ ਪਾ ਕੇ ਰੱਖ ਲਓ ਤੇ ਕਰਨਾ ਕੀ ਆ ਜਿਵੇਂ ਹੁਣ ਸ਼ਾਮ ਦਾ ਟਾਈਮ ਜ਼ਿਆਦਾ ਦਾਰੂ ਪੀਣ ਦਾ ਮਨ ਕਰਦਾ ਸ਼ਾਮ ਦੇ ਟਾਈਮ ਇੱਕ ਤੁਸੀਂ ਛੋਟਾ ਜਿਹਾ ਜਿਹਨੂੰ ਕਹਿੰਦੇ ਵੀ 50 ml ਸਵੇਰੇ ਉਹ ਪੀ ਲਿਆ ਅੱਧਾ ਗਲਾਸ ਸਮਝ ਲਓ ਤੇ ਅੱਧਾ ਕੁ ਗਲਾਸ ਸ਼ਾਮ ਨੂੰ ਪੀ ਦੇ ਲਗਾਤਾਰ ਪੀ ਕੇ ਦੇਖੋ ਹੌਲੀ ਹੌਲੀ ਤੁਹਾਡੀ ਜਿਹੜੀ ਦਾਰੂ ਨੂੰ ਮਨ ਕਰਦਾ ਬਿਨਾ ਕਿਸੇ ਦਵਾਈ ਤੋਂ ਤੇ ਬਿਲਕੁਲ ਇਹ ਅਜਮੈਣ ਦੇ ਕਾੜੇ ਨਾਲ ਉਹ ਬਿਲਕੁਲ ਥੋੜਾ ਜਿਹੀ ਮਨ ਨੂੰ ਕਰਦਾ ਦਾਰੂ ਨੂੰ ਬਿਲਕੁਲ ਮਨ ਹੀ ਨਹੀਂ ਕਰਦਾ ਇਸ ਚੀਜ਼ ਨੂੰ ਤੁਸੀਂ ਚਾਹੇ ਕਾੜਾ ਬਣਾ ਲਓ ਚਾਹੇ ਤੁਸੀਂ ਮੈਂ ਜਿਵੇਂ ਅਜਮੈਣ ਨੂੰ ਅਦਰਕ ਵਿੱਚ ਪਾ ਕੇ ਦੱਸਿਆ ਚਾਹੇ ਉਸ ਤਰੀਕੇ ਨਾਲ ਵਰਤੋ ਤੇ ਇਹਦੇ ਨਾਲ ਜਿਹੜਾ ਦਾਰੂ ਦੀ ਤੁਹਾਨੂੰ ਵਾਰ ਵਾਰ ਖੋਹ ਲੱਗਦੀ ਹੈ ਜਾਂ ਲੱਤ ਨੂੰ ਜਿਹਨੂੰ ਕਹਿੰਦੇ ਲੱਗੀ ਹੋਈ ਰੋਜ਼ ਪੀਣ ਦਾ ਮਨ ਕਰਦਾ ਇਹ ਫਾਰਮੂਲਾ ਤੁਹਾਡੇ ਵਾਸਤੇ ਬਹੁਤ ਜਿਹਨੂੰ ਕਹਿੰਦੇ ਆ ਵੀ ਵਰਦਾਨ ਸਾਬਤ ਹੋਊਗਾ ਕਿਉਂਕਿ ਦਾਰੂ ਨੇ ਬਹੁਤ ਘਰ ਉਜਾੜੇ ਹੋਏ ਨੇ ਜੇ ਇਹੋ ਜਿਹਾ ਨੁਸਖਾ ਕਿਸੇ ਦੇ ਕੰਮ ਆ ਜਾਵੇ ਤਾਂ ਹੋ ਸਕਦਾ ਕਿਸੇ ਦੇ ਘਰ ਵਿੱਚ ਸੁੱਖ ਸ਼ਾਂਤੀ ਆ ਜਾਵੇ ਜਿਹੜਾ ਕਲੇਸ਼ ਹੋਵੇ ਹੁੰਦਾ ਉਹ ਮਿਟ ਜੂਗਾ ਸਿਰਫ ਇਹੀ ਫਾਰਮੂਲੇ ਤੇ ਹੁਣ ਜੇ ਕਿਸੇ ਦਾ ਬੱਚਾ ਬਿਸਤਰ ਤੇ ਪਿਸ਼ਾਬ ਕਰਦਾ ਵੀ ਉਹ ਡੇਲੀ ਪਿਸ਼ਾਬ ਕਰਦਾ ਹੁੰਦਾ ਕੀ ਆ ਬੱਚੇ ਦਾ ਜਿਹੜਾ ਮਸਾਣਾ ਜਿਹਨੂੰ ਕਹਿ ਦਿੰਦੇ ਕਮਜ਼ੋਰ ਹੁੰਦਾ ਪਿਸ਼ਾਬ ਦੀ ਨਾਲੀ ਜਿਹੜੀ ਹੁੰਦੀ ਆ ਉਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਪਿਸ਼ਾਬ ਦੀ ਨਾਲੀ ਕਮਜ਼ੋਰ ਹੁੰਦੀ ਆ ਤਾਂ ਉੱਥੇ ਆਪਣੇ ਕਰਨਾ ਕੀ ਆ ਇੱਕ ਤਾਂ ਅਜਮੈਣ ਭੁੰਨ ਲਓ ਹਲਕੀ ਹਲਕੀ ਫਰਾਈ ਕਰ ਲਓ ਅਜਮੈਣ ਭੁੰਨ ਕੇ ਰੱਖ ਲਓ ਜਿਵੇਂ ਤੁਸੀਂ 100 ਗ੍ਰਾਮ ਅਜਮੈਣ ਲਿੱਤੀ ਆ ਤੇ ਉਹਦੇ ਵਿੱਚ ਤੁਸੀਂ 100 ਗ੍ਰਾਮ ਪਾ ਦੇਣੀ ਆ ਜਾਮਣ ਦੀ ਗੁਟਲੀ ਜਿਹੜਾ ਆਪਣਾ ਫਲ ਹੁੰਦਾ ਜਾਮਣ ਉਹਦੀ ਗੁਟਲੀ ਪੰਸਾਰੀ ਤੋਂ ਮਿਲ ਜਾਂਦੀ ਹੈ ਵਧੀਆ ਗੁਟਲੀ ਲੈ ਲਿਓ ਤੇ 100 ਗ੍ਰਾਮ ਜਿਵੇਂ ਤੁਸੀਂ ਅਜਵੈਣ ਪਾਈ ਆ ਤੇ 100 ਗ੍ਰਾਮ ਜਿਹੜਾ ਜਾਮਣ ਦੀ ਗੁਟਲੀ ਹੈ ਤੇ ਉਹਦੇ ਵਿੱਚ 25 ਗ੍ਰਾਮ ਪਾਉਣਾ ਆਪਾਂ ਨੇ ਸਿਲਾ ਜੀ ਸੁੱਕਾ ਸਿਲਾ ਜੀ ਵਧੀਆ ਹੋਵੇ ਪੰਸਾਰੀ ਚੰਗੇ ਪੰਸਾਰੀ ਤੇ ਲੈ ਲਿਓ 25 ਗ੍ਰਾਮ ਪਾ ਲੈਣਾ ਉਹ ਇੱਕ ਪਾਊਡਰ ਬਣਾ ਕੇ ਰੱਖ ਲਓ ਤੇ ਬੱਚੇ ਨੂੰ ਸਵੇਰੇ ਸ਼ਾਮ ਨੂੰ ਚਮਚਾ ਇੱਕ ਚਮਚਾ ਜਾਂ ਅੱਧਾ ਚਮਚਾ ਬਹੁਤ ਆ ਜੇ ਬੱਚਾ ਉਮਰ ਹੈਗੀ 15 ਸਾਲ ਦੀ ਕਿਉਂਕਿ ਕਈ ਬੰਦੇ ਦੇਖਿਆ ਵੀ ਅਸੀਂ ਸ਼ਿਕਾਇਤ ਕਰਦੇ ਹਾਂ ਵੀ 15 ਸਾਲ ਦੀ ਉਮਰ ਵੀ ਬੱਚਾ ਪਿਸ਼ਾਬ ਕਰੀ ਜਾਂਦਾ ਉੱਥੇ 1 ਚਮਚਾ ਜੇ ਬੱਚਾ ਛੋਟਾ ਹੈ ਉਹਦੀ ਉਮਰ ਹਿਸਾਬ ਨਾਲ ਤੁਸੀਂ ਚਮਚੇ ਦਾ ਚੌਥਾ ਹਿੱਸਾ ਵੀ ਦੇ ਸਕਦੇ ਹੋ ਅੱਧਾ ਚਮਚਾ ਵੀ ਦੇ ਸਕਦੇ ਤੇ ਨਾਲ ਤੁਸੀਂ ਕਰਨਾ ਕੀ ਆ ਇੱਕ ਗਲਾਸ ਦੁੱਧ ਵਿੱਚ ਤੁਸੀਂ ਦੋ ਛੁਆਰੇ ਚੰਗੀ ਤਰ੍ਹਾਂ ਉਹਨੂੰ ਕੱਟ ਕੇ ਵਿੱਚ ਪਾ ਦੇ ਉਹਨੂੰ ਉਬਾਲੀ ਦੇ ਜਾਣੀ ਆ ਜਦੋਂ ਦੁੱਧ ਪੂਰਾ ਦੇਖੇ ਵੀ ਗਾੜਾ ਗਾੜਾ ਹੋ ਗਿਆ 5-7 ਉਬਾਲੀਆਂ ਆ ਜਾਣ ਤੇ ਉਹ ਦੁੱਧ ਪਿਲਾ ਦੋ ਤੇ ਜਿਹੜਾ ਮੈਂ ਦੱਸਿਆ ਇਹ ਅਜਮੈਣ ਜਾਮਣ ਦੀ ਕੁਟਲੀ ਤੇ ਸਿਰਾਜੀਤ ਮਿਲਾ ਕੇ ਜਿਹੜਾ ਪਾਊਡਰ ਦੱਸਿਆ ਇਹ ਖਿਲਾਓ ਤੇ ਹੌਲੀ ਹੌਲੀ ਜਿਹੜੇ ਦੇ ਬੱਚੇ ਬਿਸਤਰ ਤੇ ਪਿਸ਼ਾਬ ਕਰਦੇ ਨੇ ਉਹ ਬਿਲਕੁਲ ਇਹ ਫਾਰਮੂਲੇ ਨਾਲ ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਮਿਲ ਜਾਣਾ ਤੁਸੀਂ ਜਦੋਂ ਦੇਖੇ ਬੱਚਾ ਹਟ ਗਿਆ ਬਾਥਰੂਮ ਕਰਨ ਤੋਂ ਤੁਸੀਂ ਉਹਨੂੰ ਘੱਟੋ ਘੱਟ ਮਹੀਨਾ ਕੁ ਉਹਨੂੰ ਖਿਲਾਓ ਲਗਾਤਾਰ ਤੁਸੀਂ 2 ਮਹੀਨੇ ਪੂਰੇ ਕਰ ਲਓ ਫਿਰ ਸਾਰੀ ਉਮਰ ਵਾਸਤੇ ਬੱਚੇ ਨੂੰ ਬਿਸਤਰ ਤੇ ਪਿਸ਼ਾਬ ਕਰਨ ਵਾਲੀ ਜਿਹੜੀ ਆਦਤ ਹੋਊਗੀ ਬਿਲਕੁਲ ਖਤਮ ਹੋ ਜੂਗੀ ਜਿਹੜਾ ਤੇ ਇਸੇ ਅਜਮੈਣ ਤੋਂ ਆਪਾਂ ਜੇ ਕਿਸੇ ਦੇ ਘਰ ਕਿਡਨੀ ਦਾ ਮਰੀਜ਼ ਆ ਜਿਹਨੂੰ ਡਾਇਲਸਿਸ ਹੁੰਦਾ ਹੋਵੇ ਜਾਂ ਜਿਹਨਾਂ ਦਾ ਕ੍ਰੀਟਿਨਿਨ ਲੈਵਲ ਬਹੁਤ ਜ਼ਿਆਦਾ ਵਧਿਆ ਹੋਵੇ ਉੱਥੇ ਸਿਰਫ ਕੀ ਗੱਲ ਹੁੰਦੀ ਹੈ ਕਿ ਵੀ ਨਾ ਗੁਰਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਦੋਂ ਕ੍ਰੀਟਿਨਿਨ ਬਲੱਡ ਯੂਰੀਆ ਵੱਧਦਾ ਹੈ
ਡਾਇਲਸਿਸ ਹੁੰਦਾ ਹੈ ਉਸ ਟਾਈਮ ਕਈ ਵਾਰੀ ਗੁਰਦੇ ਦੀ ਤਕਲੀਫ਼ ਹੋ ਜਾਂਦੀ ਹੈ, ਦਰਦ ਹੋਣਾ ਸ਼ੁਰੂ ਹੋ ਜਾਂਦਾ। ਤੁਰੰਤ ਜੇ ਬਾਈ ਚਾਂਸ ਕਿਤੇ ਇਹੋ ਜਿਹੀ ਲੋੜ ਪੈਂਦੀ ਹੈ, ਤੁਸੀਂ ਕੁਛ ਨੀ ਕਰਨਾ ਹੈ, ਅਜਮੈਣ ਦਾ 3 ਗ੍ਰਾਮ ਚੂਰਨ ਵੀ ਅੱਧੇ ਚਮਚੇ ਤੋਂ ਥੋੜਾ ਜਿਹਾ ਵੱਧ 3 ਗ੍ਰਾਮ ਚੂਰਨ ਤੁਸੀਂ ਗਰਮ ਦੁੱਧ ਵਿਚ ਪਾਓ। 1 ਗ੍ਰਾਮ ਗਰਮ ਦੁੱਧ ਹੋ ਗਿਆ, ਉਹਦੇ ਵਿਚ ਤੁਸੀਂ 3 ਗ੍ਰਾਮ ਅਜਮੈਣ ਪਾ ਲਈ ਤੇ ਉਹਨੂੰ ਉਬਾਲੀ ਦੇ ਦੀ। ਉਬਾਲੀ ਦੇਣ ਤੋਂ ਬਾਅਦ ਤੁਸੀਂ ਜਦੋਂ ਦੇਖਿਆ ਵੀ ਦੁੱਧ ਵਿਚ ਪੂਰੀ ਅਜਮੈਣ ਦੁੱਧ ਦਾ ਰੰਗ ਬਦਲ ਗਈ ਤੇ ਤੁਸੀਂ ਉਹ ਦੁੱਧ ਪੀ ਲਓ ਤੇ 2-3 ਵਾਰ ਕਰਨ ਨਾਲ ਜਿਹੜਾ ਗੁਰਦੇ ਚ ਕਿਤੇ ਦਰਦ ਹੁੰਦਾ ਤਾਂ ਉਹ ਬਿਲਕੁਲ ਇਹਦੇ ਨਾਲ ਠੀਕ ਹੋ ਜਾਣਾ, ਜਿਹਨਾਂ ਨੂੰ ਕੋਈ ਗੁਰਦੇ ਦੀ ਤਕਲੀਫ ਆ ਜਾਂ ਗੁਰਦੇ ਵਿਚ ਦਰਦ ਹੁੰਦਾ। ਇਹ ਜਿਹੜੇ ਅਜਮੈਣ ਦੇ ਫਾਰਮੂਲੇ ਸੀ ਮੇਨ ਮੈਂ ਉਹ ਸਾਰੇ ਸਰੋਤੇ ਨੂੰ ਦਿੱਤੇ ਨੇ ਤੇ ਹੁਣ ਇਹ ਤੁਹਾਡੇ ਜਿਹੜੇ ਫਾਰਮੂਲੇ ਨੁਸਖੇ ਤਾਂ ਬਹੁਤ ਬਣ ਜਾਂਦੇ ਨੇ ਪਰ ਜਿਹੜੇ ਨਵੇਂ ਜੇ ਫਾਰਮੂਲੇ ਆ ਜਿਹੜੇ ਸਰੋਤਿਆਂ ਵਾਸਤੇ ਫਾਇਦੇਮੰਦ ਹੋਣ ਮੈਂ ਉਹੀ ਦੱਸਦਾ ਹੁੰਦਾ ਕਿਉਂਕਿ ਨੁਸਖੇ ਤਾਂ ਬਹੁਤ ਨੇ ਪਰ ਜਿਹੜੇ ਤੁਸੀਂ ਘਰੇਲੂ ਉਪਚਾਰ ਕਰ ਸਕਦੇ ਹੋ ਬਿਨਾਂ ਸਾਈਡ ਇਫੈਕਟ ਕਰ ਸਕਦੇ ਹੋ ਤੇ ਬਿਲਕੁਲ ਸੌਖੇ ਹੋਣ ਮੈਂ ਉਹ ਦੱਸਣ ਦੀ ਕੋਸ਼ਿਸ਼ ਕਰਦਾ। ਹੁਣ ਆਪਾਂ ਜਿਹੜਾ ਅਗਲਾ ਹਿੱਸਾ ਹੈ ਉਹ ਆ ਖੁਰਾਸਾਨੀ ਅਜਵੈਣ ਅਜਵੈਣ ਦੀ ਕਿਸਮ ਆ ਪਰ ਇਹਨੂੰ ਤੁਸੀਂ ਬਹੁਤੀ ਮਾਤਰਾ ਵਿਚ ਨਹੀਂ ਖਾਣਾ ਕਿਉਂਕਿ ਇਹ ਨਸ਼ਾ ਵੀ ਕਰਦੀ। ਅੱਛਾ, ਜਿਹੜੀ ਇਹ ਅਜਵੈਣ ਆ ਇਹ ਨਸ਼ਾ ਵੀ ਕਰਦੀ, ਤੁਸੀਂ ਥੋੜਾ ਜਿਹਾ ਵੱਧ ਡੋਜ ਲਾਉਂਗੇ ਤਾਂ ਨਸ਼ਾ ਵੀ ਹੋ ਜਾਂਦਾ, ਕਈ ਵਾਰੀ ਚੱਕਰ ਵੀ ਆਉਣੇ ਸ਼ੁਰੂ ਹੋ ਜਾਂਦੇ। ਜਿੰਨੀ ਕੁ ਦੀ ਡੋਜ ਦੱਸੀ ਆ ਜਿਹੜੇ ਤਰੀਕੇ ਨਾਲ ਦੱਸੀ ਆ ਉਹ ਤਰੀਕੇ ਨਾਲ ਵਰਤਣੀ ਆ, ਵੈਸੇ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਪਰ ਜੇ ਤੁਸੀਂ ਇਹਨੂੰ ਗਲਤ ਤਰੀਕੇ ਨਾਲ ਵਰਤੋਂਗੇ ਤੇ ਫਿਰ ਉਹਦਾ ਨੁਕਸਾਨ ਹੋਣਾ ਕਿਉਂਕਿ ਅੱਜ ਕੱਲ ਇੰਟਰਨੈਟ ਤੇ ਯੂਟਿਊਬ ਤੇ ਫੇਸਬੁੱਕ ਪਰ ਕਈ ਤਰ੍ਹਾਂ ਦੇ ਬੰਦੇ ਬੈਠੇ ਨੇ ਜਿਹੜੇ ਖੁਰਾਸਾਨੀ ਅਜਵੈਣ ਨੂੰ ਆਮ ਅਜਵੈਣ ਕਹਿ ਕੇ ਪ੍ਰਚਾਰ ਕਰਦੇ ਆ, ਪਰ ਉੱਥੇ ਮੇਰੀ ਗੱਲ ਧਿਆਨ ਨਾਲ ਸੁਣਿਓ, ਖੁਰਾਸਾਨੀ ਅਜਵੈਣ ਜਿੱਥੇ ਵੀ ਉਹਦਾ ਜ਼ਿਕਰ ਹੁੰਦਾ ਹੈ ਤਾਂ ਉਹਦੀ ਡੋਜ਼ ਜਿਹੜੀ ਹੁੰਦੀ ਆ ਸਿਰਫ 1 ਗ੍ਰਾਮ ਹੁੰਦੀ ਹੈ। 1 ਗ੍ਰਾਮ ਮਤਲਬ ਕਹਿੰਦਾ ਵੀ ਚਮਚੇ ਦਾ ਛੋਟਾ ਹਿੱਸੇ ਤੋਂ ਵੀ ਘੱਟ, ਇਹਦੋਂ ਵੱਧ ਨਾ ਕਦੇ ਵੀ ਲਿਓ ਜੇ ਕਿਤੇ ਕੋਈ ਖੁਰਾਸਾਨੀ ਅਜਵੈਣ ਦਾ ਤੁਹਾਨੂੰ ਫਾਰਮੂਲਾ ਦੱਸਦਾ। ਖੁਰਾਸਾਨੀ ਅਜਵੈਣ ਕਿੱਥੇ ਕੰਮ ਕਰੂਗੀ? ਜਿਨ੍ਹਾਂ ਦੇ ਕੰਨ ਵਿਚ ਦਰਦ ਰਹਿੰਦਾ, ਕੰਨ ਡੁੱਲਦਾ, ਉਹਨਾਂ ਨੇ ਇੱਕ ਤੇਲ ਬਣਾਉਣਾ। ਤੇਲ ਕੀ ਆ? ਖੁਰਾਸਾਨੀ ਅਜਵੈਣ ਤੁਸੀਂ ਚਮਚਾ ਖੁਰਾਸਾਨੀ ਅਜਵੈਣ ਦਾ ਤੇ 50 ਗ੍ਰਾਮ ਹੋ ਗਿਆ ਆਪਣਾ ਤੇਲਾਂ ਦਾ ਤੇਲ, 50 ਗ੍ਰਾਮ ਤੇਲਾਂ ਦਾ ਤੇਲ ਤੇ ਚਮਚਾ ਇੱਕ ਖੁਰਾਸਾਨੀ ਅਜਵੈਣ ਦਾ ਬਰੀਕ ਕਰਕੇ ਉਹਦੇ ਵਿਚ ਪਾ ਲਓ ਤੇ ਹਲਕੀ ਹਲਕੀ ਅੱਗ ਤੇ ਉਹਨੂੰ ਕਾੜੋ ਤੇ ਦੇਖਿਆ ਵੀ ਪੂਰਾ ਉਹ ਰੰਗ ਬਦਲ ਗਿਆ, ਤੇਲ ਬਿਲਕੁਲ ਕਾਲੇ ਰੰਗ ਦਾ ਹੋ ਗਿਆ ਤੇ ਤੁਸੀਂ ਉਹਨੂੰ ਛਾਣ ਲਓ। ਛਾਣ ਕੇ ਤੁਸੀਂ ਕਿਸੇ ਕੰਚ ਦੀ ਸ਼ੀਸ਼ੀ ਚ ਪਾ ਕੇ ਰੱਖ ਲਓ ਤੇ 2 ਬੂੰਦਾਂ ਸਵੇਰੇ ਤੇ 2 ਬੂੰਦਾਂ ਸ਼ਾਮ ਨੂੰ ਜਿਹੜੇ ਕੰਨ ਵਿਚ ਦਰਦ ਹੁੰਦਾ ਜਾਂ ਕੰਨ ਡੁੱਲਦਾ ਪਾ ਕੇ ਦੇਖ ਰਹੇ ਹੋ ਤੇ ਇਹਦੇ ਨਾਲ ਕੰਨ ਬਿਲਕੁਲ ਠੀਕ ਹੋ ਜੂ। ਇਹ ਜਿਹੜਾ ਮੈਂ ਨੁਸਖਾ ਦੱਸਿਆ ਤੇ ਹੁਣ ਜਿਹੜਾ ਐਂਡਾ ਫਾਰਮੂਲਾ ਹੈ ਇਹ ਕਿਉਂਕਿ ਖੁਰਾਸਾਨੀ ਅਜਵੈਣ ਦੇ ਫਾਰਮੂਲੇ ਬਹੁਤ ਨੇ, ਮੈਂ ਪਹਿਲਾਂ ਹੀ ਦੱਸਿਆ ਵੀ ਨੁਕਸਾਨ ਇਹਦਾ ਜੇ ਆਪਾਂ ਓਵਰਡੋਜ਼ ਖਾਵਾਂਗੇ ਨਾ ਨੁਕਸਾਨ ਆ। ਜਿਹੜਾ ਐਂਡਾ ਫਾਰਮੂਲਾ ਹੈ ਉਹਦੇ ਵਿਚ ਜਿਹੜੀਆਂ ਮੈਂ ਅਜਵੈਣਾਂ ਦੱਸੀਆਂ ਸਾਰੀਆਂ ਪੈਂਦੀਆਂ ਨੇ, ਇਹ ਅਜਵੈਣਾਂ ਕਿਵੇਂ ਆਪਾਂ ਨੇ ਵਰਤਣੀਆਂ? ਜਿਹਨਾਂ ਨੂੰ ਖਾਂਸੀ, ਪੁਰਾਣੀ ਖਾਂਸੀ ਕਿਸੇ ਵੀ ਦਵਾਈ ਨਾਲ ਨਾ ਹਟੀ ਹੋਵੇ, ਉਹਨਾਂ ਨੇ ਦਵਾਈਆਂ ਖਾ ਖਾ ਕੇ ਚਾਹੇ 10 ਸਾਲ ਪੁਰਾਣੀ ਖਾਂਸੀ ਆ, ਉਹਨਾਂ ਵਾਸਤੇ ਇਹ ਫਾਰਮੂਲਾ ਬਹੁਤ ਵਧੀਆ ਹੈ। ਧਿਆਨ ਨਾਲ ਸੁਣਿਓ, ਕੋਈ ਬਣਾਉਣਾ ਬਹੁਤਾ ਔਖਾ ਨਹੀਂ ਹੈਗਾ, ਥੋੜੀ ਜਿਹੀ ਖੇਚਲ ਜ਼ਰੂਰ ਆ। ਤੁਸੀਂ ਕਰਨਾ ਕੀ ਆ, ਮਾਰਕੀਟ ਚੋਂ 4 ਤਰ੍ਹਾਂ ਦੀਆਂ ਅਜਵੈਣਾਂ ਮੰਗਾ ਲਓ, ਪੰਸਾਰੀ ਤੋਂ ਕਹਿ ਦੋ ਵੀ ਮੈਨੂੰ 4 ਤਰ੍ਹਾਂ ਦੀਆਂ ਅਜਵੈਣਾਂ ਦੇ ਦੋ, ਉਹ ਤੁਹਾਨੂੰ 4 ਤਰ੍ਹਾਂ ਦੀਆਂ ਅਜਵੈਣਾਂ ਦੇ ਦੂਗਾ। ਉਹ ਤੁਸੀਂ ਮੰਨ ਕੇ ਚੱਲੋ ਵੀ 100-100 ਗ੍ਰਾਮ ਅਜਵੈਣਾਂ ਲੈ ਲਈਆਂ 4 ਤਰ੍ਹਾਂ ਦੀਆਂ ਤੇ ਇੱਕ ਕਾਲਾ ਨਮਕ, ਇਹ 5 ਚੀਜ਼ਾਂ ਹੋ ਗਈਆਂ ਜਿਹੜੀ ਦਵਾਈ ਵਿਚ ਪੈਣੀਆਂ ਨੇ। ਅੱਕ ਦੇ ਪੱਤੇ ਜਿਹੜੇ ਆਪਾਂ ਆਮ ਸੜਕਾਂ ਤੇ ਖੜੇ ਦੇਖ ਰਹੇ ਹਾਂ, ਅੱਕ ਦੇ ਪੱਤੇ ਦੇਸੀ ਅੱਕ, ਤੁਸੀਂ ਘੱਟੋ ਘੱਟ 50 ਜਾਂ 30 ਪੱਤੇ ਲੈ ਲਓ। ਵਧੀਆ ਜਿਹਨੂੰ ਕਹਿੰਦੇ ਵੀ ਪੱਤੇ ਦਾ ਆਕਾਰ ਇੱਕ ਜਿਹਾ ਇੱਕ ਵਰਗਾ ਹੋਵੇ, ਵੀ ਜਿੰਨਾ ਇੱਕ ਪੱਤੇ ਦਾ ਆਕਾਰ ਆ ਤੇ ਦੂਜੇ ਪੱਤੇ ਦਾ ਵੀ ਉਹੀ ਆਕਾਰ ਹੋਵੇ। ਪੱਤੇ ਲੈ ਲਓ, ਚੰਗੀ ਤਰ੍ਹਾਂ ਧੋ ਕੇ ਰੱਖ ਲਓ, ਸਮਝ ਲਓ ਵੀ ਇੱਕ ਪੱਤੇ ਨਾਲ ਦੂਜਾ ਪੱਤਾ ਜੋੜ ਕੇ ਤੁਹਾਡੀ 50 ਜੋਟੀਆਂ ਬਣ ਜਾਣ, ਵੀ 100 ਪੱਤਾ ਆਪਾਂ ਨੂੰ ਚਾਹੀਦਾ। ਤੇ ਇਹ ਕਰਨਾ ਕੀ ਆ, ਤੁਸੀਂ ਅੱਕ ਦੇ ਪੱਤੇ ਧੋ ਲਓ, ਉਹਨਾਂ ਨੂੰ ਲੀਰ ਨਾਲ ਸੁਕਾ ਲਓ ਤੇ ਉਹਦੇ ਪਰ ਤੁਸੀਂ ਕੀ ਕਰਨਾ ਹੈ, ਇੱਕ ਪੱਤਾ ਲੈਣਾ ਤੇ ਉਹਦੇ ਪਰ ਮੱਖਣੀ
ਪਾਲਣੀ ਹੈ, ਚਾਹੇ ਤੁਸੀਂ ਕਰੀਮ ਵੀ ਲੈ ਸਕਦੇ ਹੋ, ਜਿਹੜੀ ਕਰੀਮ ਹੁੰਦੀ ਆ ਉਹ ਲੈ ਲਓ ਚਾਹੇ, ਤੇ ਇੱਕ ਪੱਤੇ ਪਰ ਤੁਸੀਂ ਮੱਖਣੀ ਜਾਂ ਕਰੀਮ ਲੇਅਰ ਕਰ ਦੋ, ਤੇ ਜਿਹੜੀ ਚਾਰ ਅਜਵਾਇਣ ਹੈ ਉਹ ਥੋੜੇ ਥੋੜੇ ਭੁੱਕ ਦੋ, ਵਾਰੀ ਵਾਰੀ ਇੱਕ ਲਿੱਤੀ, ਦੂਜੀ ਲਿੱਤੀ, ਤੀਜੀ ਲਿੱਤੀ, ਚੌਥੀ ਲਿੱਤੀ, ਤੇ ਤਿੰਨਾਂ ਨੂੰ ਚਾਰਾਂ ਨੂੰ ਤੁਸੀਂ ਥੋੜਾ ਥੋੜਾ ਪਾ ਕੇ ਭੁੱਕ ਦੇਣਾ, ਤੇ ਐਂਡ ਚ ਪਾਉਣਾ ਕਾਲਾ ਨਮਕ। ਜਦੋਂ ਸਾਰੀਆਂ ਅਜਵਾਇਣਾਂ ਪੈ ਗਈਆਂ, ਕਾਲਾ ਨਮਕ ਪੈ ਗਿਆ, ਤੇ ਉਹਦੇ ਉੱਪਰ ਤੁਸੀਂ ਦੂਜਾ ਪੱਤਾ ਰੱਖ ਦੋ, ਐਵੇਂ ਜੋਟੀਆਂ ਬਣਾ ਕੇ ਰੱਖ ਲਓ, ਤੇ 50 ਥੋੜੀਆਂ ਜੋਟੀਆਂ ਬਣ ਜਾਣਗੀਆਂ 100 ਪੱਤੇ ਦੀ। ਤੇ ਤੁਸੀਂ ਕਰਨਾ ਕੀ ਆ, ਇੱਕ ਘੜਾ ਲੈ ਲੈਣਾ ਜੀ, ਵਧੀਆ ਘੜਾ ਹੋਵੇ, ਉਹਦੇ ਵਿੱਚ ਤੁਸੀਂ ਜਿਹੜੀਆਂ ਜੋਟੀਆਂ ਬਣਾਈਆਂ ਤੇ ਸਾਰੀਆਂ ਵਿੱਚ ਉਹਦੇ ਉੱਪਰ ਰੱਖ ਦੇਣੀਆਂ, ਰੱਖ ਕੇ ਘੜੇ ਨੂੰ ਜਿੰਨੇ ਕੁ 50 ਕੁ ਜੋਟੀਆਂ ਥੋੜੀਆਂ ਅਜਵਾਇਣ ਤੇ ਮੱਖਣੀ ਮਿਲਾ ਕੇ ਤੁਸੀਂ ਮਲਾਈਆਂ ਉਹ ਰੱਖ ਦੋ, ਫਿਰ ਉੱਪਰ ਘੜੇ ਦਾ ਜਿਹੜਾ ਢੱਕਣ ਆ ਉਹ ਬੰਦ ਕਰ ਦੋ, ਢੱਕਣ ਬੰਦ ਕਰਕੇ ਤੁਸੀਂ ਉਹਦੇ ਉੱਪਰ ਤੁਸੀਂ ਮਿੱਟੀ ਨਾਲ ਲੇਪ ਕਰ ਦੋ, ਬਿਲਕੁਲ ਘੜਾ ਸਾਰਾ ਮਿੱਟੀ ਨਾਲ ਕਵਰ ਹੋ ਜਾਵੇ, ਗਿੱਲੀ ਮਿੱਟੀ ਨਾਲ ਉਹਨੂੰ ਕਵਰ ਕਰਕੇ ਕਰਨਾ ਕੀ ਆ, ਉਹਨੂੰ ਪਾਥੀਆਂ ਲਾਓ ਤੇ ਪਾਥੀਆਂ ਕੁਛ ਪਾਥੀਆਂ ਥੱਲੇ ਰੱਖ ਦੋ ਤੇ ਵਿਚਾਲੇ ਉਹ ਘੜਾ ਰੱਖ ਦੋ, ਤੇ ਆਲੇ ਦੁਆਲੇ ਪਾਥੀਆਂ ਰੱਖ ਕੇ ਉਹਨੂੰ ਤੁਸੀਂ ਅੱਗ ਲਗਾ ਦੇਣੀ, ਤੇ ਅੱਧਾ ਘੰਟਾ 40 ਮਿੰਟ ਉਹਨੂੰ ਅੱਗ ਬਲੀ ਰਹਿਣ ਦੋ, ਜਦੋਂ ਅੱਗ ਆਪਣੇ ਆਪ ਬੁਝ ਗਈ ਤੇ ਤੁਸੀਂ ਉਹ ਜਿਹੜਾ ਘੜਾ ਹੈ ਤੁਸੀਂ ਕੱਢ ਲਓ, ਠੰਡਾ ਹੋਣ ਤੋਂ ਬਾਅਦ ਜਿਹੜੇ ਉਹਦੇ ਵਿੱਚ ਅਜਵਾਇਣ ਦੇ ਪੱਤੇ ਜਿਹੜੇ ਆਪਾਂ ਨੇ ਮਿਲਾਏ ਨੇ ਅੱਖ ਦੇ ਪੱਤੇ ਉਹ ਸਾਰੇ ਕਾਲੇ ਰੰਗ ਦੇ ਹੋਣਗੇ, ਤੇ ਉਹ ਪੱਤੇ ਤੁਸੀਂ ਕੱਢ ਲਓ, ਉਹਨਾਂ ਨੂੰ ਪਾਊਡਰ ਬਣਾ ਦੋ, ਪਾਊਡਰ ਬਣਾ ਕੇ ਉਹਨੂੰ ਕੱਪੜ ਛਾਣ ਕਰ ਲਓ, ਇੱਕ ਵਾਰ ਕੱਪੜ ਛਾਣ ਕਰਕੇ ਤੁਸੀਂ ਕਿਸੇ ਸ਼ੀਸ਼ੀ ਚ ਪਾ ਕੇ ਰੱਖ ਲਓ, ਜਿਹਨਾਂ ਨੂੰ ਪੁਰਾਣੀ ਖਾਂਸੀ ਜਿਹੜੀ ਕਿਸੇ ਦਵਾਈ ਨਾਲ ਹਟਦੀ ਨਹੀਂ ਹੈਗੀ, ਮੈਂ ਇੱਕ ਵਾਰ ਫਾਰਮੂਲਾ ਦੱਸਤਾ ਤੁਹਾਨੂੰ, ਜੇ ਫਿਰ ਵੀ ਚੰਗੀ ਤਰ੍ਹਾਂ ਨਾ ਸਮਝ ਆਇਆ ਹੋਵੇ ਤੁਸੀਂ ਮੈਨੂੰ ਫੋਨ ਕਰਕੇ ਵੀ ਪੁੱਛ ਸਕਦੇ ਹੋ, ਪਰ ਜਿਨ੍ਹਾਂ ਦੀ ਖਾਂਸੀ ਕਿਸੇ ਵੀ ਦਵਾਈ ਨਾਲ ਹਟਦੀ ਨਾ ਹੋਵੇ, ਚਾਹੇ ਛਾਤੀ ਦੇ ਮਾਹਰ ਡਾਕਟਰਾਂ ਨੇ ਵੀ ਜ਼ੋਰ ਲਾ ਲਿਆ ਹੋਵੇ, ਤੇ ਇਹਦੇ ਨਾਲ ਜੜ ਤੋਂ ਖਾਂਸੀ ਖਤਮ ਹੋ ਜਾਂਦੀ ਹੈ, ਜਿਹਨਾਂ ਮੈਂ ਫਾਰਮੂਲਾ ਦੱਸਿਆ। ਕਰਨਾ ਕੀ ਹੈ, ਜਿਵੇਂ ਆਪਣੇ ਘੜੇ ਵਿੱਚੋਂ ਪੱਤੇ ਕੱਢੇ, ਪਾਊਡਰ ਬਣਾਇਆ, ਕੱਪੜ ਛਾਣ ਕਰਕੇ ਰੱਖ ਲਿਆ, ਕਰਨਾ ਕੀ ਆ, ਅੱਧਾ ਚਮਚਾ ਉਹ ਪਾਊਡਰ ਦਾ, 2 ਚਮਚੇ ਸ਼ਹਿਦ ਦੇ, ਅੱਧਾ ਚਮਚਾ ਉਹ ਜਿਹੜਾ ਪਾਊਡਰ ਆ ਤੇ 2 ਚਮਚੇ ਸ਼ਹਿਦ ਦੇ ਮਿਲਾ ਕੇ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਖਾਲੀ ਪੇਟ ਸਵੇਰੇ ਤੇ ਖਾਲੀ ਪੇਟ ਸ਼ਾਮ ਨੂੰ, ਸਵੇਰੇ ਸ਼ਾਮ ਤੁਸੀਂ ਲਾਓ ਤੇ ਲਗਾਤਾਰ ਤੁਸੀਂ 2 ਤੋਂ ਲੈ ਕੇ 3 ਮਹੀਨੇ ਤੱਕ ਵਰਤੋ, ਜੇ ਤੁਹਾਡੀ 10 ਸਾਲ ਪੁਰਾਣੀ ਖਾਂਸੀ, ਜੇ 5 ਸਾਲ ਪੁਰਾਣੀ ਖਾਂਸੀ ਆ ਤਾਂ ਉਹ 1 ਮਹੀਨੇ ਵਿੱਚ ਹਟ ਜਾਣੀ। ਜਿਹਨਾਂ ਦੀ ਖਾਂਸੀ ਕਿਸੇ ਵੀ ਡਾਕਟਰ ਤੋਂ ਨਾ ਆਉਂਦੀ ਹੋਵੇ, ਇੱਕ ਵਾਰ ਜਿਹੜਾ ਮੇਰਾ ਫਾਰਮੂਲਾ ਇਹ ਵਰਤ ਕੇ ਦੇਖਿਓ, ਜੜ ਤੋਂ ਜਿਹੜੀ ਖਾਂਸੀ ਹੈ ਬਿਲਕੁਲ ਠੀਕ ਹੋ ਜੂ, ਕਿਉਂਕਿ ਸਾਰੇ ਫਾਰਮੂਲਾ ਦੱਸਣਾ ਮੈਨੂੰ ਤਾਂ ਜ਼ਰੂਰੀ ਹੋ ਗਿਆ ਕਿਉਂਕਿ ਖਾਂਸੀ ਦੇ ਮਰੀਜ਼ ਜਿਹੜੇ ਹੁੰਦੇ ਨੇ ਉਹਨਾਂ ਲਗਾਤਾਰ ਜਦੋਂ ਖਾਂਸੀ ਛੱਡਦੀ ਆ ਤਾਂ ਉਹਨਾਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ, ਕਿਉਂਕਿ ਜਿਹੜਾ ਫਾਰਮੂਲਾ ਹੈ ਕੋਈ ਐਡੀ ਬੜੀ ਜਿਹਨੂੰ ਕਹਿੰਦੇ ਵੀ ਔਖਾ ਨਹੀਂ ਹੈਗਾ, ਕਈ ਵਾਰ ਸੁਣਨ ਵਿੱਚ ਔਖਾ ਜ਼ਰੂਰ ਲੱਗਦਾ ਪਰ ਬਣਾਉਣਾ ਬੜਾ ਸੌਖਾ ਹੈ। ਇੱਕ ਵਾਰ ਤੁਸੀਂ ਢੰਗ ਜਿਹੜਾ ਮੈਂ ਦੱਸਿਆ ਉਹ ਤੁਸੀਂ ਜਦੋਂ ਯੂਟਿਊਬ ਤੇ ਪ੍ਰੋਗਰਾਮ ਪਾਓਗੇ ਇੱਕ ਵਾਰ ਧਿਆਨ ਨਾਲ ਸੁਣ ਲਿਓ, ਜੇ ਕਿਸੇ ਨਾ ਸਮਝ ਆਇਆ ਹੋਵੇ ਤਾਂ ਤੁਸੀਂ ਮੈਨੂੰ ਫੋਨ ਕਰਕੇ ਚੰਗੀ ਤਰ੍ਹਾਂ ਇਹਨੂੰ ਸਮਝ ਵੀ ਲਓ, ਤਾਂ ਇਹ ਫਾਰਮੂਲਾ ਜੇ ਤੁਸੀਂ ਵਰਤਿਆ ਤਾਂ ਜਿਹੜੀ ਖਾਂਸੀ ਪੁਰਾਣੀ ਆ ਉਹ ਜੜ ਤੋਂ ਖਤਮ ਹੋ ਜੂ, ਜੇ ਕਿਸੇ ਨੂੰ ਖਾਂਸੀ ਹੋ ਜਾਵੇ। ਇੱਕ ਤਾਂ ਹੋ ਗਿਆ ਇਹ ਫਾਰਮੂਲਾ, ਹੁਣ ਜੇ ਜਿਵੇਂ ਪਹਿਲਾਂ ਗੱਲ ਕੀਤੀ ਹੈ ਪੇਟ ਚ ਕੀੜੇ ਕਿਸੇ ਦੇ ਹੋਣ ਤਾਂ ਖੁਰਾਸਾਨੀ ਅਜਵਾਇਣ ਆਪਾਂ ਉੱਥੇ ਵੀ ਵਰਤ ਸਕਦੇ ਹਾਂ, ਉੱਥੇ ਕਿਵੇਂ ਵਰਤਣੀ ਆ, ਸਿਰਫ ਖੁਰਾਸਾਨੀ ਦਾ ਚਮਚੇ ਦਾ 1/4 ਹਿੱਸਾ, ਖੁਰਾਸਾਨੀ ਅਜਵਾਇਣ ਚਮਚੇ ਦਾ 1/4 ਹਿੱਸਾ ਲੈ ਲਓ, ਚੰਗੀ ਤਰ੍ਹਾਂ ਉਹਨੂੰ ਬਰੀਕ ਕਰ ਲਓ, ਬਰੀਕ ਕਰਨ ਤੋਂ ਬਾਅਦ ਉਹਦੇ ਵਿੱਚ ਗੁੜ ਮਿਲਾ ਲਓ, ਗੁੜ ਮਿਲਾ ਕੇ ਤੁਸੀਂ ਸਵੇਰੇ ਖਾ ਲਓ, ਸ਼ਾਮ ਨੂੰ ਖਾ ਲਓ, ਸਿਰਫ ਹਫ਼ਤਾ ਚ ਖਾਓ, ਤੇ ਇਹਦੇ ਨਾਲ ਜਿਹੜੇ ਤੁਹਾਡੇ ਪੇਟ ਚ ਕਿਤੇ ਕੀੜੇ ਹੈਗੇ ਨੇ ਉਹ ਬਿਲਕੁਲ ਵਾਸ ਹੋ ਜਾਣਗੇ, ਤੇ ਪੇਟ ਕਈ ਵਾਰੀ ਪੇਟ ਦੀ ਖਰਾਬੀ, ਬਦਹਜ਼ਮੀ, ਵਾਰ ਵਾਰ ਉਲਟੀ ਆਉਣਾ, ਭੁੱਖ ਨਾ ਲੱਗਣਾ, ਇਹ ਪੇਟ ਦੇ ਕੀੜਿਆਂ ਦਾ ਹੀ ਸਾਰੀ ਖੇਲ ਵਿਗਾੜੀ ਹੁੰਦੀ ਹੈ, ਉੱਥੇ ਤੁਸੀਂ ਇਹ ਫਾਰਮੂਲਾ ਲੈ ਕੇ ਵਰਤ ਕੇ ਦੇਖਿਓ, ਤੁਹਾਡਾ ਹਾਜ਼ਮਾ ਬਿਲਕੁਲ ਠੀਕ ਹੋਜੂਗਾ, ਜਿਹੜਾ ਭੁੱਖ ਨਹੀਂ ਲੱਗਦੀ ਭੁੱਖ ਲੱਗਣੀ ਸ਼ੁਰੂ ਹੋਜੂਗੀ, ਤੇ ਪੇਟ ਦੇ ਕੀੜੇ ਬਿਲਕੁਲ ਵਾਸ ਹੋ ਜਾਣਗੇ। ਹੁਣ ਸਰ ਇਹ ਤਿੰਨੇ ਅਜਵਾਇਣਾਂ ਜਿਹੜੀਆਂ ਦੱਸੀਆਂ ਮੈਂ, ਇਹ ਤਿੰਨਾਂ ਦੇ ਅਜਵਾਇਣਾਂ ਦੇ ਜਿੰਨੇ ਵੀ ਫਾਰਮੂਲੇ ਮੈਂ ਦੱਸੇ ਨੇ ਸਾਰੇ ਸੇਫ ਨੇ, ਸਰੋਤੇ ਇੱਕ ਵਾਰ ਇਹਨੂੰ ਵਰਤ ਕੇ ਦੇਖਣ ਤੇ ਤੁਹਾਨੂੰ ਬਹੁਤ ਜ਼ਿਆਦਾ ਕੰਮ ਹੋਊਗਾ, ਇਹਦੇ ਨਾਲ ਕੰਮ ਆਉਣਗੇ ਨੁਸਖੇ, ਕਿਉਂਕਿ ਜਿਹੜੇ ਨੁਸਖੇ ਹੁੰਦੇ ਨੇ ਦੱਸਣੇ ਜ਼ਰੂਰੀ ਹੋ ਜਾਂਦੇ ਨੇ, ਕਿਉਂਕਿ ਹਰੇਕ ਦੀ ਕਈ ਵਾਰੀ ਬਸ ਦੀ ਗੱਲ ਹੁੰਦੀ ਨੀ ਵੀ ਡਾਕਟਰ ਦੇ ਜਾ ਜਾ ਕੇ ਆਪਣੇ
पैसे खराब करने हैं या जिम्मे हूं मैं पुरानी खांसी का नुस्खा दसिया है ऐसे नुस्खे थोनू बिल्कुल राजी कर देंगे घर आने के फार्मूले बिल्कुल थोड़े जिन्हों कहने सेफ तुम घर वरतोंगे तो थोनू इसका बहुत ज्यादा फायदा होगा जी। डॉक्टर साहब बहुत मेहरबानी तुसी जुड़े हो ते जानकारी दे विच साडे स्रोतां दा वी वाधा होया हो ते बाकी जिहड़े सवाल है जां विचार है तुहाडे नाल फोन लाइन दे जरिए भी सांझे हो सकदे तुहाडा संपर्क केड़ा जिथे तालमेल हो सके व्हाट्सएप नंबर ते संपर्क नंबर 9876100005 ए मेरा इंडिया नंबर है जे किसी ने कोई गलबात समझ ना आई होगी तो पुछ सकते हैं जी। बहुत धन्यवाद जी बहुत मेहरबानी धन्यवाद। वैद वीके सिंह होरां दे नाल गलबात दा सिलसिला चल रहा सीगा जी और यह तुसी यूट्यूब दे उत्ते भी सुन सको।